84.3 MY FM ਮੇਰੇ ਵੱਲੋਂ ਯਾਨੀ ਕਿ ਹਰਜੇ ਜੱਸੀ ਦੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਵਾਰ ਪੰਜਾਬੀ ਸੰਗੀਤ ਜਗਤ ਦੀ ਖਾਸ ਸ਼ਖਸੀਅਤ ਦੇ ਨਾਲ ਆਪਾਂ ਮੌਜੂਦ ਹੁੰਨੇ ਆ ਛੋਟੋਲ ਵਜਦਾ ਦੇ ਵਿੱਚ ਅੱਜ ਵੀ ਹਾਜ਼ਰ ਆ ਇੱਕ ਨਗੀਨੇ ਦੇ ਨਾਲ ਇੱਕ ਐਸਾ ਕਲਾਕਾਰ ਜਿਹੜਾ ਕਿ ਜਦੋਂ ਜਹਿਦ ਯਾ ਸਟਰਗਲ ਦਾ ਪਿਛਲੇ ਕਾਫੀ ਟਾਈਮ ਤੋਂ ਕਰ ਰਿਹਾ ਹੈ ਪਰ ਉਸ ਸਕਸੈਸ ਅੱਛੀ ਗੱਲ ਹੈ ਕਿ ਹੁਣ ਰਾਸ ਆ ਗਈ ਹੈ ਜੀ ਉਹ ਯਾਨੀ ਕਿ ਉਹਦੀ ਮਿਹਨਤ ਦੇ ਉੱਤੇ ਫਲ ਲੱਗੇ ਆ ਪ੍ਰਭੂ ਦੀ ਕਿਰਪਾ ਪੂਰੀ ਹੋਈ ਹੈ ਤੇ ਆਪਣੇ ਨਾਲ ਜਿਹੜੀ ਸ਼ਖਸੀਅਤ ਇਸ ਵਾਰੀ ਮੌਜੂਦ ਹੈ ਤੁਸੀਂ ਗਾਣੇ ਤੋਂ ਹੀ ਪਹਿਚਾਨ ਜੋਗੇ ਕਿਉਂਕਿ ਉਹ ਨਵਾਂ ਗਾਣਾ ਹਰ ਇੱਕ ਦੀ ਜ਼ੁਬਾਨ ਤੇ ਚੜ ਰਿਹਾ ਹੈ ਜੀ ਹਾਈਵੇ ਨੰਗੇ ਪੈਰੀ ਜਾਂਦੀ ਗੁਰੂ ਘਰ ਮੈਂ ਸਵੇਰੇ ਹਾਈਵੇ ਸੁੱਖ ਦੀਆਂ ਸੁੱਖਾ ਮੱਥੇ ਟੇਕੇ ਵੀ ਬਥੇਰੇ ਅੱਜ 7 ਸਾਲ ਹੋ ਗਿਆ ਪਿਆਰ ਨੂੰ 7 ਸਾਲ ਹੋ ਗਿਆ ਪਿਆਰ ਨੂੰ ਜarre ਜਾਂਦੀ ਜਾਵੇ ਤੈਨੂੰ ਨਹੀਂ ਖੋਣਾ ਓ ਬੇਬੇ ਮਨ ਦੀ ਨਾ ਮੇਰੀ ਸੁਣ ਸੋਹਣਿਆ ਆਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਆਪਾਂ ਕਿਹੜਾ ਕੀਤਾ ਹੈ ਗੁਨਾਹਣੀਆਂ ਹੌਲੀ ਹੌਲੀ ਲਵਾਂਗੇ ਮਾਣਣੀਆਂ ਜੇ ਸਾਡੇ ਨਾਲ ਹੀ ਮਾੜੀ ਕੀਤੀ ਯਾਰਾ ਰੱਬ ਨੇ ਲਉ ਕਿਵੇਂ ਨਜ਼ਰਾਂ ਮਿਲਾਹਣੀਆਂ ਵੇ ਤੇਰੇ ਨਾਲ ਖੜੀ ਪਿੱਛੇ ਨਹੀਂ ਉਹ ਹਟਦੀ ਨਾਲ ਖੜੀ ਪਿੱਛੇ ਨਹੀਂ ਉਹ ਹਟਦੀ ਅਜ਼ਮਾਲੀ ਪਾਵੇਂ ਜਦੋਂ ਅਜ਼ਮਾਉਣਾ ਹੋ ਬੇਬੇ ਮਨ ਦੀ ਨਾ ਮੇਰੀ ਸੁਣ ਸੋਹਣਿਆ ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਥੈਂਕ ਯੂ ਭਾਈ ਕੀ ਬਾਤ ਹੈ ਮਨਿੰਦਰ ਭਾਈ ਮਨਿੰਦਰ ਬੁੱਟਰ ਇਹ ਨਾਮ ਤਾਂ ਪਿਛਲੇ ਕਾਫੀ ਟਾਈਮ ਤੋਂ ਅਸੀਂ ਸੁਣ ਰਹੇ ਸੀਗੇ ਕਿਉਂਕਿ ਤੁਹਾਡੇ ਜਿਹੜੇ ਪਹਿਲਾਂ ਵਾਲੇ ਸੌਂਗਸ ਆਏ ਆ ਤੁਹਾਡੀ ਪਹਿਚਾਣ ਉਹਨਾਂ ਨੇ ਬਣਾਈ ਏ ਪਰ ਵਿਆਹ ਸੌਂਗ ਜਦੋਂ ਪਹਿਲੀ ਵਾਰੀ ਸੁਣਿਆ ਉਦੋਂ ਹੀ ਰੀਕਾਲ ਬਣਦੀ ਏ ਦਿਮਾਗ ਦੇ ਵਿੱਚ ਸੇਵ ਹੁੰਦਾ ਏ ਇਹ ਗਾਣਾ ਔਰ ਮਨਿੰਦਰ ਪਾਜੀ ਕਿਹੜੇ ਕਿਹੜੇ ਰਿਸਪੌਂਸ ਤੁਹਾਨੂੰ ਫੇਸਬੁੱਕ ਟਵਿੱਟਰ ਜਾਂ ਇੰਸਟਾਗ੍ਰਾਮ ਦੇ ਉੱਤੇ ਜਾਂ ਹੋਰ ਸੋਸ਼ਲ ਸਾਈਟਸ ਦੇ ਉੱਤੇ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਮਿਲ ਰਿਹਾ ਜਿੱਥੋਂ ਮਨਿੰਦਰ ਨੂੰ ਲੱਗਦਾ ਯਾਰ ਮਿਹਨਤ ਦਾ ਰਸ ਆ ਰਹੀ ਏ ਪਾਜੀ ਮੈਂ ਅਸਾਂ ਚਾਰ ਗਾਣੇ ਕੀਤਾ ਅਜੇ ਤੱਕ ਹਰ ਸਾਲਵਾਦੀ ਮੇਰਾ ਗਾਣਾ ਹੁੰਦਾ ਸਾਲਵਾਦੀ ਆਉਣਾ ਮੈਂ ਵਧੀਆ ਕਰਕੇ ਚੱਲ ਜਾਣਾ ਹਨਾ ਤੇ ਹੁਣ ਗੈਪ ਹੁਣ ਸੋਚਦੇ ਆਂ ਜਦੋਂ ਨਾਮ ਪਾਈਏ ਤੇ ਜਦੋਂ ਵਿਆਹ ਗਾਣਾ ਆਇਆ ਨਾ ਉਹਦੇ ਇੱਕ ਦਿਨ ਚ 6 ਲੱਗ ਦੂਜੇ ਦਿਨ ਮਿਲੀਅਨ ਕ੍ਰਾਸ ਕਰ ਗਿਆ ਆ ਅਜ ਦੂਜਾ ਤੀਜਾ ਦਿਨ ਆ ਹਨਾ ਮੇਨਾਂ ਦਾ 15 ਲੱਖ ਹੋਣ ਵਾਲੇ ਆ ਉਹਦੇ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਭਾਜੀ ਤੇ ਹਰ ਜਗ੍ਹਾ ਤੋਂ ਇੰਸਟਾਗ੍ਰam ਤੋਂ ਵੀ ਸ਼ੇਅਰਿੰਗ ਸਭ ਤੋਂ ਜ਼ਿਆਦਾ YouTube ਨੰਬਰ 1 ਤੇ ਰਹੀ ਹੈ ਭਾਜੀ ਮੋਸਟ ਪਪੂਲਰ ਵੀਡੀਓ ਰਹੀ ਹੈ YouTube ਦੀ ਇੰਡੀਆ ਦੀ ਹਨਾ ਇੱਕ ਦਿਨ ਲਈ ਤੇ ਵਧੀਆ ਰਿਸਪੌਂਸ ਆ ਭਾਜੀ ਥੈਂਕ ਯੂ ਸੋ ਮਚ ਸਾਰੇ ਫੈਨ ਦਾ ਜੋ ਜਿਨਾਂ ਨੇ ਪਸੰਦ ਕੀਤਾ ਤੇ ਮਨਿੰਦਰ ਪਾਜੀ ਹੁਣ ਤੁਹਾਡਾ ਵਿਆਹ Song ਆਇਆ ਇਸ ਤੋਂ ਪਹਿਲਾਂ ਕਿਤੇ ਕੱਲੀ ਯਾਰੀ Songs ਆਏ ਸੀਗੇ ਤੁਹਾਡੀ ਹੁਣ ਦੀ ਸਕਸੈਸ ਨੂੰ ਤਾਂ ਹਰ ਕੋਈ ਜਾਣਦਾ ਕਿ ਮਨਿੰਦਰ ਬੁੱਟਰ ਦਾ ਆ ਗਾਣਾ ਆ ਗਿਆ ਜੀ ਵਿਆਹ ਵਾਲਾ ਗਾਣਾ ਆਇਆ ਨਵਾਂ ਪਰ ਮਨਿੰਦਰ ਬੁੱਟਰ ਦੇ ਉਹ ਦਿਨ ਜਿਹੜੇ ਰਗੜਾਂ ਵਾਲੇ ਦਿਨ ਰਹੇ ਹੈ ਕਹਿੰਦੇ ਕਿ ਕੋਲੇ ਦੀ ਕਾਲਖ ਚੋਂ ਰਗੜਾ ਖਾ-ਖਾ ਬਣਦਾ ਹੀਰਾ ਤੇ ਜੇ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਹੋ ਕਿ ਹਰ ਕੋਈ ਅੱਜ ਮਨਿੰਦਰ ਬੁੱਟਰ ਨੂੰ ਜਾਣਦਾ ਪਰ ਇਸ ਤੋਂ ਪਹਿਲਾਂ ਜਿਹੜਾ ਸਟਰਗਲ ਦਾ ਪੀਰੀਅਡ ਰਿਹਾ ਉਹ ਕਿਦਾਂ ਦਾ ਰਿਹਾ ਹੈ ਮਨਿੰਦਰ ਦੇ ਲਈ ਕੀ ਕੀ ਦਰ ਦੇਖਿਆ ਮਨਿੰਦਰ ਸਗਲਾ ਪੀਰੀਅਡ ਬਾਜੀ ਇੰਡਸਟਰੀ ਚ ਕੁਝ ਨਹੀਂ ਪਤਾ ਸੀਗਾ ਨਾ ਕੀ ਹੁੰਦਾ ਕੀ ਨਹੀਂ ਹੁੰਦਾ ਕਿਵੇਂ ਮੈਂ ਜਮਾ ਗੋਨਾਪੜੀ ਮੈਂ ਸ਼ੁਰੂ ਤਾਈਆਂ 5 ਸਾਲ 5-6 ਸਾਲ ਦੀ ਉਮਰ ਤੋਂ ਗੋਨਾ ਅੱਛਾ ਤੇ ਪਰ ਜਦੋਂ ਪਲੱਸ 2 ਤੋਂ ਬਾਅਦ ਇਦਾਂ ਸੀਗਾ ਕਿ ਯਾਰ ਹੁਣ ਗਾਲੀਏ ਜੋ ਸੋਚਿਆ ਉਹ ਹੀ ਕਰੀਏ ਕਿਉਂਕਿ ਮੈਂ ਕਦੇ ਮਾਈਂਡ ਚੇਂਜ ਹੀ ਲੈ ਕੇ ਆਂਦਾ ਵੀ ਮੈਂ ਡਾਕਟਰ ਬੰਨਾ ਮੈਂ ਇੰਜੀਨੀਅਰ ਬੰਨਾ ਹਨਾ ਮੈਂ ਸ਼ੁਰੂ ਤੋਂ ਛੋਟੇ ਹੁੰਦੇ ਨੇ ਸੋਚ ਲਿਆ ਸੀ ਉਹ 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 ਕਿੱਸਾ ਬਹੁਤ ਘੈਂਡਾ ਤੁਹਾਨੂੰ ਸੁਣਾਉਣਾ ਹਨਾ ਹਾਂ ਮੇਰੇ ਮੰਮੀ ਟੀਚਰ ਨੇ ਅੱਛਾ ਤਾਂ ਮੈਂ 5 ਸਾਲ ਦਾ ਸੀ ਗਵਰਨਮੈਂਟ ਟੀਚਰ ਦੇ ਜਵਾਲ ਨਾਲ ਸਕੂਲ ਚੱਲ ਜਾਂਦੇ ਹਾਂ ਤੇ ਮੈਨੂੰ ਜਵਾਲ ਚੱਕੀ ਫਿਰਦੇ ਆ ਉਹ ਕਿਸੇ ਫੰਕਸ਼ਨ ਦੀ ਤਿਆਰੀ ਹੋਈ ਜਾਂਦੀ ਸੀਗੀ ਭਾਜੀ ਅੱਛਾ ਤੇ ਮੈਂ ਦੇਖ ਰਿਹਾ ਕੋਲੇ ਬੈਠਾ ਉਹਨਾਂ ਨੂੰ ਨੋਟਿਸ ਕਰ ਰਿਹਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਚਲੋ ਫੰਕਸ਼ਨ ਸਟਾਰਟ ਹੋ ਗਿਆ ਮੰਮੀ ਉਹਨੇ ਸਾਹਮਣੇ ਬੈਠੇ ਆ ਮੈਂ ਬੈਕ ਸਟੇਜ ਗਿਆ ਮੈਂ ਜਾ ਕੇ ਮੈਂ ਗਾਣਾ ਗਾਉਣਾ ਨਿੱਕਾ ਜਾਦੀ ਨਾ ਮੈਂ ਕਿਹਾ ਮੈਂ ਗਾਣਾ ਉਹਨਾਂ ਨੇ ਕਿਹਾ ਮੈਡਮ ਦਾ ਜਵਾਲ ਕਾ ਮਨਾ ਨਹੀਂ ਕਰਨਾ ਗਾਣਾ ਮਾਈਕ ਦੇਤਾ ਨਾ ਹਾਂ ਫਾਇਦਾ ਹੋ ਗਿਆ ਮੈਂ ਸਟੇਜ ਤੇ ਗਿਆ ਤੇ ਮੈਂ ਜ਼ਿੰਦਗੀ ਦਾ ਪਹਿਲਾ ਗਾਣਾ ਗਾਇਆ ਸੀ ਨੰਨਾ ਮੁੰਨਾ ਰਾਹੀ ਹੂੰ ਦੇਸ਼ ਕਾ ਸਿਪਾਹੀ ਹੂੰ ਬੋਲੋ ਮੇਰੇ ਸੰਗ ਜੈ ਹਿੰਦ ਅਰੇ ਵਾਹ ਅੱਛਾ ਪਹਿਲਾ ਗਾਣਾ ਗਾਇਆ ਤੇ ਥੱਲੇ ਬੈਠੇ ਮੰਮੀ ਕੁਰੀ ਆਂਦੇ ਓ ਇਦਾਂ ਗਰੀਂਦੇ ਤੂੰ ਕਿੱਧਰੋਂ ਉੱਪਰ ਆ ਗਿਆ ਹਨਾ ਤੇ ਮੈਂ ਪਹਿਲਾ ਗਾਣਾ ਗਾਇਆ ਭਾਜੀ ਪਹਿਲੀਆਂ ਤਾੜੀਆਂ ਕਹਣ ਸੀ ਅਰੇ ਵਾਹ ਯਾਦ ਰੱਖਿਆ ਹੋਈ ਹੈ ਇਸ ਦਾ। ਉਹ ਆ ਸੀ ਵੀ ਤਾੜੀਆਂ ਵੱਜ ਗਈਆਂ ਐ ਕੁਝ ਗਾਇਆ ਲੋਕ ਖੁਸ਼ ਹੋ ਗਏ ਤਾੜੀਆਂ ਮਾਰ ਰਹੇ ਆ। ਤੇ ਯਾਨੀ ਕਿ ਫਿਰ ਉਦੋਂ ਦਾ ਹੀ ਹੌਸਲਾ ਵਧਿਆ ਉਹ ਦਿਮਾਗ ਚ ਉਹ ਦਿਮਾਗ ਚ ਬੱਚੇ ਦੇ ਦਿਮਾਗ ਚ ਨਹੀਂ ਆ ਜਾਂਦਾ ਯਾਰ। ਮੈਂ ਕੁਝ ਵੀ ਨਹੀਂ ਕੀਤਾ ਮੈਂ ਗਾਇਆ ਤਾੜੀਆਂ ਵੱਜ ਰਹੀਆਂ। ਪਿੰਡ ਦਾ ਸਰਪੰਚ ਉੱਠਿਆ ਮੈਨੂੰ 100 ਰੁਪਏ ਦੇ ਕੇ ਜਾ ਰਿਹਾ। ਅਰੇ ਪੈਸੇ ਹੀ ਮਿਲ ਗਏ ਯਾਰ। ਇਹ ਤਾਂ ਘੈਂਟ ਕੰਮ ਆ ਹਨਾ। ਇਹ ਘੈਂਟ ਕੰਮ ਇਹਨੂੰ profession ਹੀ ਬਣਾ ਲਈ। ਯਾਨੀ ਕਿ ਸ਼ੁਰੂ ਤੋਂ ਟਾਰਗੇਟ ਰਿਹਾ ਤੁਹਾਡਾ। ਮੈਨੂੰ ਵੱਡਣਾ ਤਾਂ ਸਿੰਗਰੀ ਵਾਂ। ਕਦੇ ਨਹੀਂ ਸੋਚਿਆ ਬਾਜੀ ਕੁਝ ਵੀ। ਸੀਰੀਅਸਲੀ ਕਦੇ ਨਹੀਂ ਸੋਚਿਆ ਵੀ ਡਾਕਟਰ ਇੰਜੀ ਫਰਮੇ ਉਦੋਂ ਤੋਂ ਗਾਉਣ ਲੱਗਿਆ ਫਿਰ ਸਕੂਲ ਸਭ ਨੂੰ ਪਤਾ ਲੱਗ ਗਿਆ ਗਾਉਂਦਾ ਗਾਉਂਦਾ ਵੱਡਾ ਹੋ ਗਿਆ ਫਿਰ ਇਦਾਂ ਹੀ ਮਮ ਡੈਡ ਨੂੰ ਪਤਾ ਸੀ ਮੈਂ ਗਾਉਣਾ ਉਹਨਾਂ ਨੇ ਮੈਨੂੰ ਕੁਝ ਨਹੀਂ ਮੰਨਿਆ ਉਹਨਾਂ ਨੇ ਗਿਆ ਸੀ ਮੈਂ ਕੁਝ ਕੈਂਡ ਕਰੂੰਗਾ ਤੁਸੀਂ ਟੈਨਸ਼ਨ ਨਾ ਲਓ ਵਧੀਆ ਕਰੂੰਗਾ ਤੇ ਉਹਨੂੰ ਖੁਸ਼ ਨਹੀਂ ਭਾਜੀ ਵੀ ਵਧੀਆ ਕਰੀ ਜਾਂਦਾ ਕਿਉਂਕਿ ਇੰਨਾ ਵੀ ਨਹੀਂ ਸੋਚਿਆ ਹੁੰਦਾ ਜਿੰਨਾ ਰੱਬ ਨੇ ਦੇਤਾ ਹੈ ਨਾ ਤੇ ਹਜੇ ਬਹੁਤ ਕੁਝ ਵੀ ਨਹੀਂ ਭਾਜੀ ਹਜੇ ਬਹੁਤ ਕੁਝ ਅੱਗੇ ਜੜੀ ਸ਼ੁਰੂ ਹੋਇਆ ਹੈ ਮਨਿੰਦਰ ਅੱਛਾ ਮਨਿੰਦਰ ਇੱਕ ਗੱਲ ਹੁੰਦੀ ਹੈ ਕਿ ਸਟ੍ਰਗਲ ਤੁਸੀਂ ਵੀ ਕਰ ਰਹੇ ਹੋ ਸਟ੍ਰਗਲ ਹੋਰ ਵੀ ਬਹੁਤ ਜਾਣੇ ਕਰ ਰਹੇ ਹੋ ਪਰ ਮਨਿੰਦਰ ਕਿਤੇ ਨਾ ਕਿਤੇ ਘਰਦਿਆਂ ਦੀਆਂ ਜਿਹੜੀਆਂ ਛਿੜਕਾਂ ਹੁੰਦੀਆਂ ਹਨ ਉਹ ਆਪਣੀ ਥਾਂ ਤੇ ਜਾਇਜ਼ ਵੀ ਹੁੰਦੀਆਂ ਤੇ ਮਨਿੰਦਰ ਤੁਸੀਂ ਵੀ ਜਿਹੜੇ ਘਰਦਿਆਂ ਤੋਂ ਛਿੜਕਾ ਖਾਦਿਆਂ ਹੋਣੀ ਹੈ ਤੇ ਘਰਦਿਆਂ ਦੀ ਕੀ ਮੰਗ ਹੁੰਦੀ ਸੀ ਤੂੰ ਆ ਕਰ ਲੈ ਜੇ ਸਿੰਗਿੰਗ ਨੂੰ ਸਿੰਗਿੰਗ ਤੋਂ ਇਲਾਵਾ ਜੇ ਕੁਝ ਕਹਿੰਦੇ ਸੀ ਤੁਹਾਨੂੰ ਪਹਿਲਾਂ ਆ ਕਰ ਲੈ ਕੀ ਕਰ ਲੈ ਕੀ ਕਿਹੜੇ ਕੰਮ ਨੂੰ ਉਹ ਐ ਸਮਝਦੇ ਕਿ ਮਨਿੰਦਰ ਆ ਕਰ ਲੈ ਭਜੀ ਮੈਂ ਤੁਹਾਨੂੰ ਸੱਚੀ हूं ਮੈਂ ਕਹਿਣਾ ਵੀ ਮੈਂ ਛੋਟਾ ਹੁੰਦਾ ਹੁੰਦਾ ਨਾ ਮਾਪਿਆਂ ਦੇ ਕੰਨ ਚ ਭਰਨ ਲੱਗ ਗਿਆ ਛੋਟਾ ਹੁੰਦਾ ਹੀ 3rd ਚ 4th 5th 6th ਵੱਡਾ ਹੋਈਗਾ ਨਾ ਸਿੰਗਰ ਬੰਨਾ ਪਿੱ ਕਰਦਣ ਉਹ ਐਸੀ ਯਾਰ ਇਹ ਕੁਝ ਕਰੂਗਾ ਜਿਹੜੋ ਬੰਦੇ ਦੇ ਦਿਮਾਗ ਚ ਆ ਨਾ ਵੀ ਇਹ ਨਹੀਂ ਬੰਨਾ ਹੀ ਹੋਆ ਨਾ ਤੇ ਬ੍ਰਾਈਜਮਨ ਸ਼ੁਰੂ ਤੋਂ ਹੀ ਰੱਬ ਦੀ ਦੇਣ ਸੀ ਕਿ ਕਮਜ਼ੋਰੀ ਸੀਗਾ ਹਾਂ ਅੱਛਾ ਮੈਂ ਕਿਹਾ ਰੱਬ ਦੀ ਦੇਣ ਸੀ ਬਸ ਈ ਜਾਣਾਂਗੇ ਨਾ ਨਾ ਕਮਜ਼ੋਰੀ ਸੀਗਾ ਭਾਜੀ ਪੜਾਈ ਨਾਲ ਬਹੁਤੀ ਬਣੀ ਨਹੀਂ ਬਹੁਤ ਨਹੀਂ ਬਣੀ ਅੱਛਾ ਤੇ ਫਿਰ ਸ਼ੁਰੂ ਤੋਂ ਹੀ ਮਾਮ ਡਰਦੇ ਦੂ ਦਿਮਾਗ ਸੀਗਾ ਪਰ ਵੀ ਨੋ ਇੰਨਾ ਸੀਗਾ ਯਾਰ ਮੈਂ ਆਪ پیسے ਕਮਾਉਂਗਾ ਉਦੋਂ ਬੱਬਰ ਆਈ ਵੀਰੇ ਦਾ ਗਾਣਾ ਚੱਲਿਆ ਸੀ ਨਾ ਛੱਲੇ ਜਦੋਂ ਜਦੋਂ ਸੀ ਪਲੱਸ 1 ਵਿੱਚ ਸੀਗੇ ਆਸਟ੍ਰੇਲੀਆ ਤੇ ਚਾਹ ਆਸਟ੍ਰੇਲੀਆ ਜਾ ਕੇ ਸਟ੍ਰੀਲ ਇਨਸ਼ਾਅੱਲਾ ਤੇ ਫਿਰ ਉਹ ਉਹਨਾਂ ਤੋਂ ਸਿੱਖਣ ਨੂੰ ਕੁਝ ਮਿਲਦਾ ਸੀ ਨਾ ਯਾਰ ਆਪਾਂ ਮੈਂ ਕਿਉਂਕਿ ਮੇਰੀ ਸਿਸਟਰ ਬਰਥ ਦੇ ਦੋਨੇ ਬਾਹਰ ਨੇ ਹਨਾ ਮੈਂ ਕਿਹਾ ਮੈਂ ਵੀ ਬਾਹਰ ਜਾਊਂਗਾ ਆਦੇ ਪੈਸੇ ਆਪ ਕਮਾਊਂਗਾ ਆਪ ਆਪਣੀ ਐਲਬਮ ਕਰੂੰਗਾ ਇਦਾਂ ਦਿਮਾਗ 'ਚ ਥਾਟ ਬੰਦੇ ਰਹਿੰਦੇ ਕੋਈ ਨਾ ਕੋਈ ਹਨਾ ਅੱਛਾ ਅੱਛਾ ਫਿਰ ਫਿਰ ਭਾਜੀ ਜਦ ਮੈਂ ਇੰਡਸਟਰੀ 'ਚ ਆਇਆ ਪਹਿਲਾ ਗਾਣਾ ਕੀਤਾ ਨਿਕਤਾ ਮੂਨਾ ਉੱਥੋਂ ਸ਼ਾਇਰੀ ਵੀਰੇ ਨਾਲ ਵਧੀਆ ਜਾਣਕਾਰੀ ਹੋਈ ਨਾ ਬਾਈ ਦਾ ਵੀ ਉਹ ਯਾਰ ਮੋਲੇ ਆਇਆ ਸੀ ਫਿਰ ਅਸੀਂ ਇਕੱਠੇ ਰਹਿੰਦੇ ਰਹੇ ਭਾਜੀ 2-2 ਸਾਲ ਮੈਂ ਸ਼ਾਇਰੀਮਾਨ ਵੀਰਾ ਵਿਨੇਪਾਲ ਵੀਟਰ ਵੀਰਾ ਹਨਾ ਤੇ ਸ਼ਾਇਰੀਮਾਨ ਵੀਰੇ ਤੋਂ ਤੇ ਵਿਨੇਪਾਲ ਵੀਰੇ ਤੋਂ ਬਹੁਤ ਕੁਝ ਸ ਅੱਛਾ ਵੀ ਜੋ ਮੈਂ ਹਜੇ ਸਿੰਗਰ ਪ੍ਰੋਪਰ ਨਹੀਂ ਆਇਆ ਹਾਂ ਤੇ ਮੇਰਾ ਗਾਣਾ ਜੇ ਬਣ ਰਿਹਾ ਤੇ ਉਹਨਾਂ ਨਾਲ ਮੈਂ ਸਟੇਜ 'ਤੇ ਉਹ ਤੇ ਦੇਖ ਰਿਹਾ ਅੱਛਾ ਆਏਗਾ ਇਹਦਾ ਅੱਛਾ ਸਿੰਗਰ ਐਦਾਂ ਉੱਠਦੇ ਆ ਅੱਛਾ ਇਦਾਂ ਬੈਠਦੇ ਆ ਅੱਛਾ ਅੱਛਾ ਇਦਾਂ ਦੀਆਂ ਗੱਲਾਂ ਕਰਦੇ ਆ ਉਹ ਚੀਜ਼ਾਂ ਬਹੁਤ ਸਿੱਖਣ ਨੂੰ ਮਿਲੀਆਂ ਹਨਾ ਜੇ ਸ਼ੈਰੀ ਵੀਰਾ ਬਹੁਤ ਘੈਂਟ ਨੇ ਤੇ ਤਾਂ ਤੁਸੀਂ ਮਿਲੇ ਹੋ ਹਾਂ 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 ਉਹ ਕੁਝ ਨਾ ਕੁਝ ਸਿਖਾਉਂਦਾ ਰਹਿੰਦਾ ਉਹ ਬੰਦਾ ਰਾਈਟਰ ਵੀ ਆ ਕੰਪੋਜ਼ਰ ਬਹੁਤ ਤਗੜਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਜਦੋਂ ਜੀ ਤੋਂ ਮੇਰਾ ਨਾਮ ਬਣਿਆ ਮਨਿੰਦਰ ਬੋਟਰ ਹਨਾ ਭਾਜੀ ਇੱਕ ਨਵਾਂ ਮੁੰਡਾ ਇੰਡਸਟਰੀ 'ਚ ਆਇਆ ਉਹ ਯਾਰੀ ਸੀਗਾ ਤੇ ਅਸੀਂ ਕਰੇ ਬੈਠੇ ਆ ਤੇ ਬਾਈ ਨੇ ਦਿਮਾਗ ਚ ਬਸ ਲਾਈ ਨਿਕਲੀ ਕੋਈ ਐਮ ਪਲਾਨ ਨਹੀਂ ਵੀ ਮੈਂ ਤੈਨੂੰ ਗਾਣਾ ਦੇਣਾ ਅਸੀਂ ਬੈਠੇ ਬਾਈ ਕਹਿੰਦਾ ਯਾਰੀ ਬੜੀ ਸੋਖੀ ਤੋੜ ਗਈ ਗਿਟਾਰ ਬੁਜਾਰੇ ਸੀ ਬਾਈ ਹਣਾ ਮੈਂ ਕਹਿੰਦਾ ਤੇਰਾ ਅਗਲਾ ਗਾਣਾ ਇਹੀ ਕਰਨਾ ਅੱਛਾ ਇਦਾਂ ਬੋਲਿਆ ਬਾਈ ਨੇ ਤੂੰ ਲਿਖ ਕਾਪੀ ਤੇ ਤੇ ਬਾਈ ਸੋਫੇ ਤੇ ਬੈਠਾ ਗਿਟਾਰ ਵਜਾ ਰਿਹਾ ਮੈਂ ਥੱਲੇ ਬੈਠਾ ਕਾਪੀ ਤੇ ਲਿਖੀ ਜਾਂਦਾ ਪੂਰਾ ਗਾਣਾ ਅੱਛਾ ਤੇ ਉਹ ਗਾਣਾ ਬਾਈ ਨੇ ਲਿਖੇ ਦਿੱਤਾ ਤੇ ਉਹ ਗਾਣਾ ਬਜੀ ਬਹੁਤ ਵਧੀਆ ਰਿਹਾ ਹਣਾ ਅਸੀਂ ਬਹੁਤ ਉਹਨੇ ਨਾਮ ਬਣਾਇਆ ਸਭ ਤੋਂ ਪਹਿਲੀ ਪਹਿਚਾਣ ਉੱਥੋਂ ਬਣੀ ਸੀਗੀ ਕਿ ਸੰਮਨਿੰਦਰ ਬੁੱਟਰ ਨਾਮ ਦਾ ਮੇਨ ਗੱਲ ਇਹ ਸੀ ਬਈ ਸੈਡ ਗਾਣੇ ਨਾਲ ਪਛਾਣ ਬਣ ਗਈ ਸੈਡ Song ਸੀਗਾ ਇੱਕਾ ਨਾ ਲੋਕਾਂ ਦੀ ਐਲਬਮਾਂ ਆਉਂਦੀਆਂ ਨੇ ਤਾਂ ਨਾ ਮੇਰੀ ਇੱਕ ਇੱਕ ਸਿੰਗਲ ਗਾਣੇ ਨੇ ਵਧੀਆ ਪਛਾਣ ਬਣਾਤੀ ਸੀਗੀ ਤੋ ਥੈਂਕ ਯੂ ਸੋ ਮਾਚ ਸ਼ੈਰੀ ਵੀਰੇ ਦਾ ਅੱਜ ਮੈਂ ਇੱਥੇ ਕਹਿ ਰਿਹਾ ਮੈਂ ਅੱਜ ਵੀ ਹਮੇਸ਼ਾ ਹਰ ਜਗ੍ਹਾ ਤੇ ਬੋਲਦਾ ਕਿਉਂਕਿ ਉਹਨੇ ਵਧੀਆ ਮੈਨੂੰ ਰਾਹ ਪਾਇਆ ਰਾਕੇ ਤੇ ਅੱਜ ਵੀ ਜਦੋਂ ਮਿਲਦਾ ਵਧੀਆ ਗੱਲਾਂ ਸਿਖਾ ਕੇ ਹੀ ਜਾਂਦਾ ਹਨਾ ਵੈਰੀ ਨਾਈਟ ਵਸੇ ਹੁਣ ਯਾਰੀ ਗਾਣੇ ਦੀ ਗੱਲ ਚੱਲੀ ਹੈ ਮੈਂ ਚਾਹ ਰਿਹਾ ਸੀਗਾ ਕਿ ਕੁਝ ਲੈਣਾ ਯਾਰੀ ਦੀਆਂ ਯਾਦ ਕਰੂਗੀ ਮੈਨੂੰ ਜਦ ਕੋਈ ਬਾੜਾ ਪਿਆਰ ਕਰੂ ਯਾਦ ਕਰੂਗੀ ਮੈਨੂੰ ਜਦ ਕੋਈ ਬਾੜਾ ਪਿਆਰ ਕਰੂ ਪਰ ਖੁਸ਼ ਹੋ ਜਦ ਕੋਈ ਪੈਸੇ ਵਾਲਾ ਪਿਆਰ ਕਰੂ ਯਾਰੀ ਬੜੀ ਸੌਖੀ ਥੋੜ ਗਈ ਪਾਂ ਮੇ ਸਾਥ ਮੁਖ ਮੋੜ ਗਈ ਹਾਏ ਯਾਰੀ ਬੜੀ ਸੌਖੀ ਤੋੜ ਗਈ ਥੈਂਕ ਯੂ ਬੜੀ ਬਹੁਤ ਵਧੀਆ ਅੱਛਾ ਮਨਿੰਦਰ ਜਿਵੇਂ ਪਹਿਲਾ ਯਾਰੀ ਗਾਣੇ ਇਹ ਗਾਣਾ ਆਇਆ ਫਿਰ ਕਿਤੇ ਕੱਲੀ ਆਇਆ ਇਸ ਤੋਂ ਬਾਅਦ ਫਿਰ ਵਿਆਹ ਆ ਗਿਆ ਕਿਤੇ ਨਾ ਕਿਤੇ ਮਨਿੰਦਰ ਪ੍ਰੈਸ਼ਰ ਵੀ ਲੈਂਦਾ ਇਸ ਚੀਜ਼ ਦਾ ਯਾਰ ਮੇਰਾ ਗਾਣਾ ਉਹ ਐਨੇ ਲੋਕਾਂ ਨੇ ਪਸੰਦ ਕੀਤਾ ਤੇ ਹੁਣ ਪ੍ਰੈਸ਼ਰ ਹੈ ਮੈਂ ਇਸ ਤੋਂ ਇਹ ਵਧੀਆ ਕਰਨਾ ਕੁਝ ਇਸ ਚੀਜ਼ ਦਾ ਰਹਿੰਦਾ ਮਾਈਂਡ ਕੋਈ ਝੂਠ ਨਹੀਂ ਆਪਾਂ ਬੈਠੇ ਸਾਰੀਆਂ ਗੱਲਾਂ ਦਿਲੋਂ ਹੀ ਕਰੀ ਜਾਂਦੇ ਹਾਂ ਹਾਂ ਹਰ ਮੈਂ ਹੁਣ ਰਿਕਵਰਡ ਹੁੰਦਾ ਯਾਰ ਸਾਲ ਬਾਅਦ ਗਾਣਾ ਕਰ ਦਿੰਦਾ ਮੈਂ ਹਾਂ ਹਰ ਸਾਲ ਭਾਜੀ ਤੁਹਾਨੂੰ ਇੱਕ ਪ੍ਰੈਸ਼ਰ ਜਾਂ ਹੁੰਦਾ ਨਾ ਸਾਲ ਬਾਅਦ ਤੂੰ ਆਣਾ ਫਿਰ ਮੈਂ ਕਿਤੇ ਇਕੱਲੀ ਗਾਣਾ ਨਹੀਂ ਸੀ ਕਰਨਾ ਭਾਜੀ ਉਹ ਯਾਰੀ ਤੋਂ ਪਹਿਲਾਂ ਦਾ ਬਣਿਆ ਹੋਇਆ ਹੈਪੀ ਰਾਕਡੀ ਲਿਖੀ ਉਹ ਉਦੋਂ ਪਹਿਲਾਂ ਦਾ ਬਣਿਆ ਹੋਇਆ ਅੱਛਾ ਤੇ ਜਦੋਂ ਗੈਪ ਪਿਆ ਹੁੰਦਾ ਨਾ ਫਿਰ ਸੋਚਦਾ ਵੀ ਮੇਰੀ ਵੋਕਲ ਰੋਮਾਂਟਿਕ ਆ ਇਹਨੂੰ ਇਹਨੂੰ ਰੋਮਾਂਟਿਕ ਵੋਕਲ ਚ ਮਨਿੰਦਰ ਨੂੰ ਜਾਣਿਆ ਆਂਦਾ ਫਿਰ ਆਹੀ ਗਾਣਾ ਵਜਾ ਸਕਦਾ ਸਾਲ ਬਾਅਦ ਚਲੋ ਜੀ ਆਹ ਕਰ ਦੋ ਅੱਛਾ ਫਿਰ ਕਿਤੇ ਇਕੱਲੀ ਕਰਦਾ ਫਿਰ ਉਹ ਉਦੋਂ ਮਾਲ ਉਦੋਂ ਬਾਅਦ ਫੇਰ ਸਾਲ ਦਾ ਗੈਪ ਆ ਗਿਆ ਫਿਰ ਇਹ ਵਿਆਹ ਗਾਣਾ ਦਾ 2-3 ਸਾਲਾਂ ਦਾ ਬਣਾਇਆ ਸੀ ਮੈਂ ਤੁਹਾਨੂੰ ਇਹ ਆ ਕਰ ਦੋ ਗਾਣੇ ਤਾਂ ਬਜੀ ਹੋਰ ਬਣੇ ਬੈਨੇ ਬੀਟ ਹੁਣ ਇੱਕ ਦੀ ਗੈਪ ਨਹੀਂ ਪਾਉਣਾ ਸੋਚ ਲਿਆ ਮੈਂ ਹਾਂ ਉਹਨੂੰ ਲਗਾਤਾਰ ਕੱਢੀ ਜਾਣੇ ਗਾਣੇ 3 ਮਹੀਨਿਆਂ ਬਾਅਦ ਵੈਰੀ ਗੁੱਡ ਤੇ ਮਨਿੰਦਰ ਕੀ ਸੋਚਦਾ ਕਿ ਕਿੰਨੇ ਕ ਟਾਈਮ ਬਾਅਦ ਹੁਣ ਐਨ ਐਕਸਪੀਰੀਅੰਸ ਤੋਂ ਬਾਅਦ ਮਨਿੰਦਰ ਨੇ ਕੀ ਸੋਚਿਆ ਐਨਨੇ ਟਾਈਮ ਬਾਅਦ ਇੱਕ ਆਰਟਿਸਟ ਦਾ ਗਾਣਾ ਆਏ ਜਾਣਾ ਚਾਹੀਦਾ ਨਹੀਂ ਤਾਂ ਮਾਰਕੀਟ ਚੋਂ ਗਾਇਬ ਹੋਣ ਲੱਗ ਜਾਂਦਾ ਬੰਦਾ ਭਜੀ ਵਧੀਆ ਕਰਨਾ ਚਾਹੁੰਨਾ ਜੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਯਾਰ ਆ ਰਫਲਾਂ ਬੰਦੂਖਾਂ ਵਾਲਾ ਨਹੀਂ ਕਰਨਾ ਚਾਹੁੰਦਾ ਭਜੀ ਕੁ ਆਣੀ ਕੀ ਯਾਰ ਮੈਂ ਜਿੱਦਾਂ ਨੇ ਤੁਹਾਨੂੰ ਪਤਾ ਆਣਾ ਗਾਣੇ ਚੱਲਦੇ ਆ ਹਾਂ ਹਾਂ ਕੋਈ ਰਫਲ ਬੰਦੂਕ ਇਦਾਂ ਦੇ ਗਾਣੇ ਨਹੀਂ ਭਾਜੀ ਤੁਸੀਂ ਵਧੀਆ ਗਰ ਬੀਟ ਵੀ ਕਰਾਂ ਤਾਂ ਲੋਕ ਕਹਿੰਣ ਹੁਣ ਭਾਜੀ ਮੈਂ ਹਮੇਸ਼ਾ ਕਹਿੰਦਾ ਮੈਨੂੰ ਡਾਕਟਰ ਜੂਸ ਭਾਈ ਦਾ ਬਹੁਤ ਅਗੜਾ ਫੈਨ ਹਾਂ ਮੈਂ ਕੰਗਣਾ ਤੇਰਾ ਨਹੀਂ ਭਾਈ 8-9 ਸਾਲ ਪੁਰਾਣਾ ਅੱਜ ਵੀ ਹਿੱਟ ਆ ਅੱਜ ਵੀ ਹਿੱਟ ਆ ਸਹੀ ਮੁੰਡਿਆਂ ਤੋਂ ਬਚ ਕੇ ਨਹੀਂ ਅੱਜ ਵੀ ਹਿੱਟ ਆ ਭਾਜੀ ਸਾਰੇ ਉਹ ਗਾਣੇ ਬੀਟ ਸੀਗੇ ਭਾਜੀ ਹਾਂ ਉਹਨਾਂ 'ਚ ਕੋਈ ਰਫਲ ਨਹੀਂ ਕੋਈ ਬੰਦੂਕ ਨਹੀਂ ਕੋਈ ਖੜਕਾ ਦੜਕਾ ਨਹੀਂ ਹਣਾ ਤਾਂ ਮੈਨੂੰ ਕਈ ਸਿੰਗਰ ਮਿਲਦੇ ਹੁੰਦੇ ਆ ਨਾ ਆਪਣੇ ਭਾਈ ਜਾਰੇ ਦੇ ਉਹ ਕਹਣਗੇ ਯਾਰ ਤੂੰ ਖੜਕੇ ਦੜਕੇ ਵਾਲਾ ਕਰ ਦੇ ਤੂੰ ਆਹ ਕਰ ਦੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਯਾਰ ਮੈਨੂੰ ਇਦਾਂ ਦੇ ਪਸੰਦ ਨਹੀਂ ਹੈਗੇ ਨਾ ਕਰਨੇ ਕੁਝ ਵਧੀਆ ਕਰਨਾ ਚਾਹੁੰਨਾ ਕੱਲ ਨੂੰ ਪਰ ਮਨਿੰਦਰ ਜੀ ਆਪਾਂ ਕਿਤੇ ਉਹ ਵੀ ਸੋਚੀਏ ਕਮਰਸ਼ੀਅਲ ਤੌਰ ਤੇ ਕੁਝ ਬੀਟ ਸongs ਵੀ ਚਾਹੀਦੇ ਹੁੰਦੇ ਆ ਫਿਰ ਉਹਦੇ ਬਾਰੇ ਮਨਿੰਦਰ ਕੀ ਸੋਚਦਾ ਕੋਈ ਵਧੀਆ ਇਦਾਂ ਨਹੀਂ ਕਰਾਂਗੇ ਨਾ ਕੰਗੜਾ ਤੇਰਾ ਨਹੀਂ ਸਦਾਬਾਰ ਵੀ ਡਬਲ ਹੀ ਹਰ ਕਲੱਬ 'ਚ ਬੰਬੇ ਤੱਕ ਚੱਲਦੇ ਆ ਨਾ ਸਹੀ ਗੱਲ ਸਹੀ ਗੱਲ ਤਾਂ ਉਹ ਬੰਬੇ ਦਾ ਐਡੀਟਰ ਆ ਨਾ ਜਿਹਨੇ ਆ ਵਿਆਦੀਆ ਰੇਟਿੰਗ ਕੀਤੀ ਆ ਤੇ ਮੈਂ ਮੈਂ ਗਾਣਾ ਕਰ ਰਿਹਾ ਸੀ ਮੈਂ ਇਹਨੂੰ ਕਹਾਂ ਲਾ ਚਸ਼ਮਾ ਚੱਜਦਾ ਹੈ ਕਿਨਾਂ ਭਾਜੀ ਸਾਡੇ ਬੰਬੇ ਉਹ ਕਹਿੰਦਾ ਕਿਨਾਂ ਭਾਜੀ ਅੱਜ ਵੀ ਬੰਬੇ ਕਲੱਬ ਚ ਆ ਗਣਾ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਇਹੀ ਚੱਲਦਾ ਅਰੇ ਵਾਹ ਹਾਲਾਂਕਿ ਉਹਨੂੰ ਮਤਲਬ ਅਧਿ ਜਿੱਦਾਂ ਪਤਾ ਨਹੀਂ ਹੋਣਾ ਕਿਉਂਕਿ ਆਪਾਂ ਜੇ ਵਧੀਆ ਮਿਊਜ਼ਿਕ ਕਰਾਂਗੇ ਭਾਜੀ ਉਹਦੀ ਲਾਈਵ ਵੱਡੀ ਆ ਹਾਂ ਜਿਵੇਂ ਹੁਣ ਕਮਰਸ਼ੀਅਲ ਦੇਖ ਕੇ ਪੈਸੇ ਨੂੰ ਦੇਖ ਕੇ ਸ਼ੋਜ਼ ਨੂੰ ਦੇਖ ਕੇ ਐਦਾਂ ਦੇ ਗਾਣੇ ਕਰ ਦੋ ਭਾਜੀ ਫਿਰ ਫਾਇਦਾ ਨਹੀਂ ਮੈਂ ਹਜੇ ਤੱਕ ਜਿੰਨਾ ਵੀ ਸੀਰੀਅਸਲੀ ਕੰਮ ਕੀਤਾ ਦਿਲੋਂ ਕਰੀ ਜਾਂਦਾ ਅਸਾ ਗਾਣਾ ਯਾਰ ਦਿਲੋਂ ਪਜਾਂਦਾ ਇਹਨੂੰ ਐ ਕਰ ਦਿੰਨੇ ਆ ਮੈਂ ਇਮੋਸ਼ਨਲੀ ਜੁੜੇ ਹੋਏ ਆਏ ਬਾਜੀ ਕਈ ਗਾਣੇ ਨਾਲ ਤੇ ਜੇ ਬੀਟ ਵੀ ਇਦਾਂ ਦਾ ਬਣੂ ਉਹ ਵੀ ਕੱਢ ਦਾਂਗੇ ਇਹ ਵੀ ਗੱਲ ਹੈ ਪਰ ਵਧੀਆ ਕਰਨਾ ਚਾਹੁੰਦਾ ਬਾਜੀ ਕੁਝ ਵਧੀਆ ਕਰੀਏ ਵੈਰੀ ਗੁੱਡ ਅੱਛਾ ਮਨਿੰਦਰ ਭਾਈ ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਕਿ ਵੀ ਤੁਸੀਂ ਪੰਜ ਪੰਜਵੀਂ ਸੀ ਜਾਂ ਪੰਜ ਸਾਲਾਂ ਦੀ ਉਮਰ ਤੋਂ ਬਾਅਦ ਹਣਾ ਇਹ ਤੁਹਾਡੀ ਇੱਕ ਇੱਛਾ ਸੀਗੀ ਫਿਰ ਤਾਂ ਜਦੋਂ ਤੁਸੀਂ ਕਾਲਜ 'ਚ ਆਏ ਹੋਣੇ ਫਿਰ ਯੂਥ ਫੈਸਟੀਵਲ ਵਗੈਰਾ ਦੀ ਵੀ ਤੁਸੀਂ ਆਪਣਾ ਹੱਥ ਅਜ਼ਮਾਇਆ ਜਾਂ ਜਿਹੜੇ ਸਿੰਗਿੰਗ ਰਿਐਲਿਟੀ ਸ਼ੋਅ ਹੋਏ ਹੈ ਇਹਨਾਂ ਦੀ ਹੱਥ ਅਜ਼ਮਾਇਆ ਹੋਣਾ ਕਪਿਲ ਸ਼ਰਮਾ ਆਪਣਾ ਲਫਟਰ ਚੈਲੰਜ ਦੇ ਵਿੱਚ ਉਹ ਵੀ ਤਾਂ ਇੱਕ ਪਾਰਟਿਸਪੈਂਟ ਬਣ ਕੇ ਗਿਆ ਸੀਗਾ ਉਹਨੂੰ ਪਹਿਲੇ ਜਿਹੜਾ ਰਾਉਂਡ ਹੁੰਦਾ ਨਾ ਪਹਿਲਾ ਰਾਉਂਡ ਕਿ ਦੂਜੇ ਲੋਕ ਹੀ ਸੁਣਦੇ ਹੋ ਉਹਨਾਂ ਨੇ ਬਾਹਰ ਘੜਤਾ ਸੀਗਾ ਉਹਨੂੰ ਔਰ ਅੱਜ ਇੰਡੀਆ ਦਾ ਨੰਬਰ 1 ਨੰਬਰ 1 ਕਮੀਡੀਅਨ ਹਾਂਜੀ ਭਾਜੀ ਤੇ ਤੇ ਮਨਿੰਦਰ ਪੁੱਟਰ ਵੀ ਐਦਾਂ ਦੇ ਆਡੀਸ਼ਨਸ ਹੀ ਆ ਐਦਾਂ ਦੇ ਸਿੰਗਿੰਗ ਰੀਅਲਿਟੀ ਸਕੂਲਿੰਗ ਲਾਈਵ ਚ ਰਿਹਾ ਭਾਜੀ ਮੈਂ ਕੋਲਿਜੇ ਗਈ ਨਹੀਂ ਦੀ ਅੱਛਾ ਤੁਸੀਂ ਕੋਲਿਜਾ ਕਿ ਨਹੀਂ ਅੱਛਾ ਕੋਲਿਜ ਨਹੀਂ ਤੁਸੀਂ ਪੜ੍ਹੇ ਕੋਲਿਜ ਮੈਂ 24 ਸਾਲਾਂ ਦਾ ਭਾਜੀ ਹਾਂ ਤੇ ਮੈਂ 21 ਸਾਲਾਂ ਦਾ ਆ ਗਿਆ ਸੀ ਇੰਡਸਟਰੀ ਚ ਕਾਲ ਲਾਈਫ ਤੇ ਗਈ ਨਹੀਂ ਭਾਜੀ ਮੇਰਾ ਬਹੁਤ ਦਿਲ ਕਰਦਾ ਹੁੰਦਾ ਕਦੇ ਕਦੇ ਕਾਲਜ ਲਾਈਫ ਦੇਖਣਾ ਨਾ ਸਕੂਲਿੰਗ ਲਾਈਫ ਵੀ ਬਹੁਤ ਹਾਂਜੀ ਰਹੀਆਂ ਸਕੂਲਿੰਗ ਲਾਈਫ ਚ ਕੰਪੀਟੀਸ਼ਨ ਵਗੈਰਾ ਹਾਂਜੀ ਹਾਂਜੀ ਭਾਜੀ ਮੈਂ ਡੀਵੀ ਸਕੂਲ ਸੀਗਾ ਕਾਲਾਂ ਵਾਲੀ ਹਨਾ ਉੱਥੇ ਮੈਂ ਵਧੀਆ ਕੰਪੀਟੀਸ਼ਨ ਚ ਵੀ ਗਿਆ ਪਰ ਉੱਥੇ ਜ਼ਿਆਦਾਤਰ ਭਜਨ ਹੁੰਦੇ ਸੀ ਹਨਾ ਜਿਵੇਂ ਐਦਾਂ ਕਰਕੇ ਡੀਵੀ ਕਾਲਜ ਸਕੂਲ ਵਾਲੇ ਹਨਾ ਬੜੇ ਉਸ ਟਾਈਮ ਦੇ ਬੜੇ ਸੰਸਕਾਰ ਜਿ ਦੇ ਰਹਿਣਾ ਪੈਂਦਾ ਨਾਲੇ ਨਾ ਬੜਾ ਡਿਸਪਲਿਨ ਚ ਹਨਾ ਹਾਂਜੀ ਕبھی ਪਿਆਸ ਇੱਕ ਪਾਣੀ ਪੀਲਾ ਨਹੀਂ ਐਦਾਂ ਦੇ ਗਾਣੇ ਹੁੰਦੇ ਸੀ ਕਿਹੜਾ ਕਹੜਾ ਕਿਹੜਾ ਕਹੜਾ ਕਿ ਬੀਪਿਆ ਸੇ ਕੋ ਪਾਣੀ ਫਿਲਾਇਆ ਨਹੀਂ ਬਾਦ ਅੰਮ੍ਰਿਤ ਬਿਲਾਣੇ ਸੇ ਕੀ ਐਦਾਂ ਕਰਕੇ ਅਰੇ ਵਾਹ ਅੱਛੀ ਗੱਲ ਹੈ ਅੱਛਾ ਮਨਿੰਦਰ ਤੁਸੀਂ ਆਪ ਇਸ ਲਾਈਨ ਦੇ ਵਿੱਚ ਜੇ ਆਏ ਹੋ ਤਾਂ ਇਹ ਤਾਂ ਜ਼ਰੂਰੀ ਗੱਲ ਹੈ ਕਿ ਤੁਸੀਂ ਵੀ ਕਈਆਂ ਦੇ دیਵਾਨੇ ਰਹੇ ਹੋ ਹਾਂਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਕਿ ਮਨਿੰਦਰ ਨੇ ਅੱਜ ਤੱਕ ਜੇ ਜਿੰਨੇ ਗਾਣੇ ਸੁਨੇ ਸਭ ਤੋਂ ਵੱਧ ਕਿਹੜੇ ਸਿੰਗਰ ਦੇ ਸੁਨੇ ਕਿਹੜਾ ਸਿੰਗਰ ਹੋਊਗਾ ਜਿਹਦੀ ਦੀਵਾਨਗੀ ਸ਼ੁਰੂ ਤੋਂ ਹੀ ਰਹੀ ਹੈ ਜਿਵੇਂ ਭਾਈ ਛੋਟਾ ਹੁੰਦਾ ਮੈਂ ਸਿੱਖਿਆ ਨਹੀਂ ਆਣਾ ਕਿਤੋਂ ਵੀ ਰੱਬ ਵੱਲੋਂ ਟੋਨ ਵਧੀਆ ਮਿਲਿਆ ਸਭ ਕੁਝ ਵਧੀਆ ਆ ਨਾ ਭਾਈ ਮੈਂ ਸਭ ਨੂੰ ਸੁਣਦਾ ਸੀ ਭਾਈ ਮੈਂ ਜੇ ਕਿਸੇ ਨੂੰ ਸੁਣਦਾ ਸੀ ਨਾ ਉਹਨੂੰ ਕਾਪੀ ਕਰਦਾ ਹੁੰਦਾ ਸੀ ਯਾਰ ਇਹਦੇ ਵਰਗਾ ਕੰਮ ਕਿਉਂਕਿ ਟੋਨ ਰੱਬ ਵੱਲੋਂ ਮਿਲ ਗਈ ਜਦੋਂ ਕਿਸੇ ਨੂੰ ਕਾਪੀ ਕਰਦੇ ਕਰਦੇ ਰਹੀ ਆਪਾਂ ਉਹਦੇ ਵਰਗਾ ਉਹਦਾ ਰੰਗ ਆ ਜਾਂਦਾ ਨਾ ਆਪਣੇ ਹਾਂ ਹਾਂ ਆ ਜਾਂਦਾ ਤੇ ਐਦਾਂ ਕਰਕੇ ਮੈਂ ਹਰ ਇੱਕ ਨੂੰ ਸੁਣਦਾ ਰਹਿਆ ਪਰ ਮੈਨੂੰ ਇਸ ਟਾਈਮ ਜੋ ਪਸੰਦ ਆ ਨਾ ਵੋਕਲ ਚੇਂਜ ਹੁੰਦੇ ਰਹਿੰਦੇ ਮੇਰੇ ਪਸੰਦਾਂ ਨੇ ਮੈਂ ਗੈਰੀ ਸੰਧੂ ਬਾਈ ਨੂੰ ਬਹੁਤ ਸੁਣਿਆ ਸ਼ੈਰੀ ਬਾਈ ਨੂੰ ਬਹੁਤ ਸੁਣਿਆ ਸ਼ੈਰੀ ਬਾਈ ਨੇ ਤਾਂ ਯਾਰੀ ਬੜੀ ਸੌਖੀ ਤੋੜ ਗਈ ਗਾਣਾ ਕਰਨਾ ਸੀ ਨਾ ਪਹਿਲਾਂ ਨਿੱਕ ਨੂੰ ਗਾਣਾ ਭੇਜਾਂ ਪੈਪ ਧਾਰੀ ਨੂੰ ਭੇਜਾਂ ਉਹ ਸਾਰੇ ਕਹਿੰਦੇ ਯਾਰ ਸ਼ੈਰੀ ਦੀ ਟੋਨ ਆਈ ਜਾਂਦੀ ਆ ਮਨਿੰਦਰ ਤੂੰ ਹੋਰ ਗਾਣਾ ਕਰ ਲੈ ਇਹ ਨਾ ਕਰ ਕਿਉਂਕਿ ਉਹ ਦਿਨ ਬਾਈ ਨਾਲ ਰਹਿ ਰਿਹਾ ਕਿ ਇੰਨਾ ਹੋ ਗਿਆ ਸੀ ਉਹ ਮੈਂ ਗਾਉਣ ਹੀ ਲੱਗਿਆ ਸੀ ਯਾਰੀ ਬੜੀ ਸੌਖੀ ਤੋੜ ਗਈ ਸ਼ੈਰੀ ਵਰੀ ਟੋਨ ਨਿਕਲੀ ਆਂਦੀ ਸੀ ਹਨਾ ਫੇਰ ਐਂ ਕਰ ਵੀ ਕਿਸੇ ਨੂੰ ਸੁਣ ਸੁਣ ਕੇ ਤੇ ਉਹ ए, वैसे जेडी तुसी गल कही है ना शायरी दे नाल हुंदा ना कमल कमल दी आवाज ज्यों ही येरी ਵਰਗੀ ਹੈ ਤੁਸੀਂ ਫੋਨ ਚੱਕੋਂਗੇ ਕਈ ਵਾਰ ਕਹਿਣਗੇ ਯਾਰ ਤੂੰ ਸ਼ਾਇਰੀ ਤਾਂ ਬੋਲੀ ਜਾਂਦਾ ਹਾਂ ਹਾਂ ਮੈਂ ਉਹਨਾਂ ਕਈ ਵਾਰ ਕਿਹਾ ਬਾਈ ਯਾਰ ਸ਼ਾਇਰੀ ਨਾ ਕਰਾ ਦੇ ਗਾ ਮੈਂ ਉਹਨਾਂ ਕਹਿੰਦਾ ਕਮਲ ਹੀ ਬੋਲਦੇ ਹਾਂ ਉਹ ਆਵਾਜ਼ ਜਮਾਈ ਸ਼ਾਇਰੀ ਵਰਗੀ ਪਤਾ ਨਹੀਂ ਲੱਗਦਾ ਕਮਲ ਦੀ ਸ਼ਾਇਰੀ ਦੀ ਆਪਾਂ ਜਿਹੜੇ ਬੰਦੇ ਰਹਿੰਦੇ ਨੇ ਉਹਦੇ ਵਰਗੇ ਹੋ ਜਾਂਦੇ ਆ ਨਾ ਤੇ ਮੈਂ ਬਾਈ ਨਾਲ ਬਹੁਤ ਤੁਹਾਨੂੰ ਦੱਸਿਆ ਵੀ ਦੋਟਾ ਹੀ ਸਾਲ ਵਧੀਆ ਸੀ ਇਕੱਠੇ ਰਹੇ ਆ ਜਮਾ ਬਾਜੀ ਘਰੇ ਰਹੇ ਆ ਨਾ ਤਾਂ ਬਾਈ ਦਾ ਵੀ ਵਧੀਆ ਸੀਗਾ ਤੇ ਬਾਈ ਦੀ ਵੋਕਲ ਵੀ ਅਜੇ ਤੱਕ ਪਸੰਦ ਆ ਬੋਗਨ ਲਾ ਦੀ ਅਰੇ ਵੈਰੀ ਗੁੱਡ ਵੈਰੀ ਗੁੱਡ ਅੱਛਾ ਤੇ ਜਿਵੇਂ ਸਿੰਗਿੰਗ ਦਾ ਸਫਰ ਤਾਂ ਐਨੇ ਟਾਈਮ ਤੋਂ ਤੁਹਾਡਾ ਸ਼ੁਰੂ ਹੋਇਆ ਵਾ ਤੇ ਜਿਹੜੇ ਯਾਰ ਦੋਸਤ ਤੁਹਾਨੂੰ ਉਸ ਟਾਈਮ ਜਾਣਦੇ ਹੁੰਦੇ ਸੀਗੇ ਸਕੂਲ ਟਾਈਮ ਦੇ ਵਿੱਚ ਹੀ ਤੇ ਅੱਜ ਕੱਲ ਵੀ ਉਹ ਯਾਰੀ ਦੋਸਤੀ ਹਜੇ ਵੀ ਕਾਇਮ ਹੈ ਉਹਨਾਂ ਦੇ ਨਾਲ ਭਾਜੀ ਨਾਲ ਨਿਆ ਦੇਖੋ ਨਵਦੀਪ ਸਿੰਘ ਸਾਰੇ ਦੀ ਨਾਲ ਹੀ ਨੇ ਸਾਰੇ ਅਰੇ ਵੈਰੀ ਗੁੱਡ ਸਾਰੇ ਉਹੀ ਨੇ ਭਾਜੀ ਸਾਰੇ ਪੁਰਾਣੇ ਯਾਰ ਦੋਸਤੀ ਨੇ ਹਾਂ ਪਰ ਪਿੰਡ ਵਾਲੇ ਹੁਣ ਪਿੰਡ 'ਚ ਨੇ ਤੇ ਜਿਹੜੇ ਇਹ ਵੀ ਚੰਡੀਗੜ੍ਹ ਤੋਂ ਅਸੀਂ ਭਾਜੀ 7-8 ਸਾਲ ਤੋਂ ਇਕੱਠੇ ਰਹਿੰਦੇ ਆ ਤੇ ਜਿਹੜੇ ਪਿੰਡ ਵਾਲੇ ਨੇ ਉਹ ਆਪਣੇ ਵਾਏ ਗਏ ਇੱਕ ਵਿਆਏ ਗਏ ਅੱਧੇ ਤਾਂ ਭਾਜੀ ਤੇ ਤੇ ਮਨਿੰਦਰ ਆਪ ਵੀ ਕਦੇ ਲਿਖ ਲਿੰਦਾ ਮੈਂ ਲਿਖਦਾ ਭਾਜੀ ਪਰ ਮੈਂ ਮੈਂ ਜਦੋਂ ਤੁਹਾਨੂੰ ਦੱਸੀ ਨਾ ਮੇਰੇ ਥਾਟ ਮੇਰੇ ਹੁੰਦੇ ਆ ਮੈਂ ਥਾਟਸ ਹੋ ਸਕਦਾ ਮੈਂ ਰਾਈਮਿੰਗ ਨਹੀਂ ਕਰ ਸਕਦਾ ਅੱਛਾ ਵੀ ਪੂਰੀ ਚੰਗੀ ਜੋ ਰਾਈਟਰ ਕਰ ਸਕਦਾ ਹਨਾ ਉਹ ਲ ਆ ਵੀ ਵਿਆਹ ਗਾਣਾ ਜਿਵੇਂ ਆਇਆਗਾ ਮੈਂ ਚਮਕੀਲਾ ਚਮਕੀਲਾ ਜੀ ਨੂੰ ਬਹੁਤ ਹੁੰਦਾਈ ਮੈਂ ਜਿਵੇਂ ਪ੍ਰਾਣੇ ਕਾਣੇ ਲਾ ਲਿਆਣਾ ਇਹ ਮੈਂ ਦੱਸ ਰਿਹਾ ਕੋਈ ਝੂਠ ਨਹੀਂ ਮੈਂ ਚਮਕੀਲਾ ਜੀ ਦੀ ਲਾਈਨ ਸੁਣੀ ਸੀਗੀ ਮੇਰਾ ਵਿਆਹ ਕਰਵਾਨ ਦੀ ਕਰਦਾ ਬੇਬੇ ਨਾ ਮੰਦੀ ਮੇਰੀ ਆਹ ਮੈਂ ਕਿਨੂੰ ਰੋਮਾਂਟਿਕ ਜੀ ਕਰਦੀਏ ਅੱਛਾ ਫਿਰ ਰੋਮਾਂਟਿਕ ਜੀ ਕਰਦੀ ਤੇ ਦੀਪੇ ਮੁੰਡੇ ਨੇ ਵਧੀਆ ਲਿਖਿਆ ਉਨੇ ਸਟਾਰਟਿੰਗ ਵਧੀਆ ਕਰ ਦਿੱਨ ਨੰਗੇ ਵੈਰੀ ਚੰਦੀ ਗੁਰੂ ਏਦਾਂ ਕਰ ਸਕਦਾ ਭਾਜੀ ਮੈਂ ਅਰੇ ਵਾਹ ਬਿਲਕੁਲ ਤਰੰਗ ਬਿਲਕੁਲ ਨਵੀਂ ਹੈ ਨਵੀਂ ਕੰਪੋਜੀਸ਼ਨ ਹੈ ਨਵੀਂ ਅਲਫਾਜ਼ ਹੈ ਮਤਲਬ ਇਹ ਗਾਣਾ ਵੀ ਜੇ ਆਪਾਂ ਦੇਖੀ ਤਾਂ ਹੋਇਆ ਇਨਸਪਾਇਰਡ ਹੈ ਚਮਕੀਲਾ ਲੱਗਦਾ ਹੈ ਮੈਂ ਸ਼ਰਮ ਹਰ ਭਾਜੀ ਕੋਈ ਝੂਠ ਨਹੀਂ ਕਹਿਣਾ ਹਨਾ ਵੀ ਉੱਥੋਂ ਸੁਣ ਕੇ ਮੈਂ ਇਨਸਪਾਇਰਡ ਆ ਗਾਣਾ ਲਿਖ ਲਿਆ ਹਾਂ 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 ਤੇ ਏਦਾਂ ਕਰਕੇ ਮੈਂ ਸੋਚ ਸਕਦਾ ਭਾਜੀ ਵੀ ਆਹ ਲਿਖ ਸਕਦਾ ਵੀ ਅਗਲਾ ਗਾਣਾ ਏਦਾਂ ਦਾ ਕਰੀਏ ਆਹ ਟੌਪਿਕ ਹੋਵੇ ਅਗਲੇ ਗਾਣੇ ਵੀ ਭਾਜੀ ਮੈਂ ਸੋਚੇ ਹੋਏ ਨੇ ਵੀ ਏਦਾਂ ਦੇ ਕਰਨੇ ਆ بس لکھ ਨਹੀਂ ਜਾਦਾ ਮੈਂ ਲਿਖਦਾ ਨਹੀਂ ਪਰ ਰਾਈਮਿੰਗ ਨਹੀਂ ਕਰ ਸਕਦਾ ਮੈਂ اچھا ਮਨਿੰਦਰ ਜਿਵੇਂ ਹੁਣ ਜਿਵੇਂ ਸ਼ੈਰੀ ਬਾਈ ਦੀ ਪਿੱਛੇ ਐਲਬਮ ਆਈ ਸੀ ਮੇਰੀ ਬੇਬੇ ਉਹਦੇ ਵਿੱਚ ਪੂਰੇ ਗਾਣੇ ਸੀਗੇ ਤੇ ਫਿਰ ਸ਼ੈਰੀ ਨੇ ਤੁਹਾਨੂੰ ਕੀ ਸਲਾਹ ਦਿੱਤੀ ਕਿ ਸਿੰਗਲ ਸੌਂਗੀ ਕਰੀਂਦਾ ਕਿ ਤੂੰ ਵੀ ਐਲਬਮ ਕੱਢ ਨਹੀਂ ਬਾਈ ਨੇ ਮੈਨੂੰ ਕਿਹਾ ਸੀ ਸਿੰਗਲ ਹੀ ਕਰਨੇ ਤੇਰੇ ਤਿੰਨ ਚਾਰ ਹਨਾ ਅੱਛਾ ਤੇ ਹੁਣ ਬਾਈ ਦੇ ਵੀ ਸਿੰਗਲ ਹੀ ਆ ਰਹੇ ਨੇ ਬਾਈ ਦੇ ਵੀ ਮੰਨਣਾ ਵੀ ਐਲਬਮ ਦਾ ਹੁਣ ਜਮਾਨਾ ਥੋੜਾ ਜਿਹਾ ਘਟ ਗਿਆ ਹਨਾ ਕਿਉਂਕਿ ਜਿਵੇਂ ਐਲਬਮ ਜਾਂ ਤਾਂ ਕੋਸ਼ ਕੋਸ਼ ਐਲਬਮ ਆ ਜੀ ਹੁੰਦੀਆਂ ਨੇ ਭਾਜੀ ਜਿਹੜੀਆਂ ਛਾਪ ਛਾੜ ਜਾਂਦੀਆਂ ਕਈ ਸਾਲਾਂ ਤੱਕ ਆਟੇ ਜਿਹੜੀ ਉਹ ਐ ਵੀ ਜਿਹੜੀ ਕਿਸੇ ਵੀ ਗਾਣੇ ਨੂੰ ਪੱਗਿਆ ਨਹੀਂ ਕਰ ਸਕਦੇ ਸਹੀ ਗੱਲ ਹੈ ਉਹ ਸਾਰੀ ਐਲਬਮ ਇਦਾਂ ਦੀ ਸੀਗੀ ਹਨਾ ਤੇ ਪਰ ਤੁਸੀਂ ਦੇਖੋ ਵੀ ਹੁਣ ਮੈਂ ਮੇਰੀ ਆਟੇ ਤੇਰੀ ਆਟੇ ਦੀ ਜਿਹੜੀ ਹਨਾ ਹੁਣ ਉਹ ਗਾਣੇ ਦੀ ਵੀਡੀਓ ਨਹੀਂ ਆਈ ਮੈਂ ਸ਼ਰੀ ਬਾਈ ਨੂੰ ਅੱਜ ਵੀ ਕਹਿਣਾ ਉਹਨਾਂ ਭਾਜੀ ਆਪਾਂ ਸੁਣ ਲੈ ਇੰਟਰਨੈਟ ਤੇ ਪਰ ਆਪਣੇ ਜਿਹੜੀਆਂ ਆਪਣੀ ਦਾਦੀ ਆ ਹਨਾ ਆਪਣੇ ਕੋਈ ਬਜ਼ੁਰਗ ਨੇ ਉਹ ਕਿੱਦਾਂ ਸੁਣਨਗੇ ਵਿਚਾਰੇ ਵੀ ਉਹ ਚੱਲ ਕਦੇ-ਕਦੇ ਟੀਵੀ ਮੂਰੇ ਬੈਠ ਜਾਂਦੇ ਨੇ ਉਹ ਬਾਈ ਨੂੰ ਕਹਿਣਾ ਮੈਂ ਬਾਈ ਤੁਸੀਂ ਵੀਡੀਓ ਜ਼ਰੂਰ ਕਰਨੀ ਆ ਯਾਰ ਕਰਨੀ ਚਾਹੀਦੀ ਸੀ ਸੋਨੂੰ ਹਨਾ ਹੁਣ ਮੇਰੀ ਬੇਬੇ ਇਹਦੀ ਵੀਡੀਓ ਚਾਹੀਦੀ ਸੀ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਵੀ ਉਹ ਆਪਾਂ ਦੇਖ ਲਿਆ ਭਾਜੀ ਇੰਟਰਨੈਟ ਤੇ ਚਲ ਮੈਂ ਮੰਮੀ ਨੂੰ ਮੈਂ ਤਾਂ ਚਲ ਸੁਣਾ ਮੰਮੀ ਆ ਗਾਣਾ ਆਇਆ ਵੀ ਤੁਸੀਂ ਸੁਣੋ ਹੁਣ ਭਾਜੀ ਕਈ ਯਾਰ ਰਹਿ ਜਾਂਦੇ ਨੇ ਉਹਨਾਂ ਲਈ ਵੀਡੀਓ ਚਾਹੀਦੀ ਆ ਤਾਂ ਹੀ ਫਿਰ ਬਾਈ ਕਹਿੰਦਾ ਵੀ ਅੱਗੇ ਸਿੰਗਲ ਕਰਿਆ ਕਰਾਂਗੇ ਵੀਡੀਓ ਦਾ ਪਹੁੰਚ ਹੀ ਜਾਂਦੀ ਯਾਰ ਮਤਲਬ ਸਿੰਗਲ ਦਾ ਇਹ ਹੁੰਦਾ ਕਿ ਸਿੰਗਲ ਗਾਣਾ ਕੱਢ ਕੇ ਉਹਦੀ ਚੰਗੀ ਤਰ੍ਹਾਂ ਪ੍ਰੋਮੋਸ਼ਨ ਵੀ ਹੋ ਜਾਂਦੀ ਹੈ ਇਕੱਲੇ ਗਾਣੇ ਦੇ ਇਕੱਲੇ ਗਾਣੇ ਦੇ ਚੰਗੇ ਤੇ ਬਾਈ ਜਿਵੇਂ ਜਿਵੇਂ ਤੁਹਾਡਾ ਜਿਹੜਾ ਲਾਈਵ ਸ਼ੋ ਹੁੰਦਾ ਤੁਸੀਂ ਆਪਣੇ ਲਾਈਵ ਸ਼ੋ ਦੇ ਵਿੱਚ ਸ਼ੈਰੀ ਬਾਈ ਦੇ ਵੀ ਗਾਣੇ ਥੋੜੀ ਆਵਾਜ਼ ਟੋਨ ਕਦੀ ਮਿਲਦਾ ਗਾਣਾ ਬਜੀ ਗਾਦਣਾ ਅੱਛਾ ਗਾਦਨੇ ਹੁੰਨੇ ਤੇ ਹੋਰ ਵੀ ਕਈ ਸਿੰਗਰਾਂ ਦੇ ਜਿਹੜੇ ਜਿਹੜੇ ਟੋਨ ਦੇ ਨਾਲ ਗਾਣੇ ਦੇ ਨਾਲ ਮਿਲ ਰਹੇ ਨੇ ਉਹ ਫੇ ਗਾਣੇ ਵਿੱਚ ਤੁਸੀਂ ਰੀਮਿਕਸ ਕਰ ਦਿੰਦੇ ਹੋ ਗਾਣੇ ਭਾਜੀ ਕੋਈ ਚੱਕਰ ਨਹੀਂ ਪੁਰਾਣੇ ਹਨਾ ਪੁਰਾਣੀ ਸਿੰਗ ਪਰ ਪਰ ਕਿਤੇ ਨਾ ਕਿਤੇ ਮਨਿੰਦਰ ਇਹ ਵੀ ਹੁੰਦਾ ਕਿ ਯਾਰ ਮੇਰੇ ਚਾਰ ਗਾਣੇ ਆਏ ਹਜੇ ਜੇ ਮੈਨੂੰ ਕਿਤੇ ਡੇਢ ਘੰਟੇ ਦੀ ਸਟੇਜ ਸੰਭਾਲਣੀ ਪੈ ਜਾਵੇ ਅਨ ਤੇ ਫਿਰ ਉਹਨੂੰ ਤੁਸੀਂ ਕਿਵੇਂ ਸੰਭਾਲੀਦਾ ਸਕਦੇ ਹੋ ਬਾਜੀਓ ਫਿਰ ਕਿਵੇਂ ਮਿਕਸ ਕਿਵੇਂ ਕਰਦੇ ਹੋ ਬਾਕੀ ਗਾਣੇ ਮਿਕਸ ਪੁਰਾਣੇ ਗਾਣੇ ਜਾਂ ਜਿਹੜੇ ਮੇਰੇ ਆਉਣ ਵਾਲੇ ਨੇ ਮੇਰੇ ਕੋਲੇ ਪਏ ਨੇ ਉਹ ਗਾ ਲੈ ਦਿਆਂ ਉਹ ਲੀਕ ਹੋਣ ਦਾ ਡਰ ਨਹੀਂ ਰਹਿੰਦਾ ਐਵੇਂ ਕਿਸੇ ਨੇ ਸੁਣ ਲੇ ਪਹਿਲਾ ਕਰਦਾ ਫਿਰ ਨਹੀਂ ਬਦੀ ਕੋਈ ਉੱਥੇ ਲੀਕ ਹੁੰਦਾ ਕੋਈ ਚੱਕਰ ਨਹੀਂ ਜੇ ਉੱਥੇ ਲੀਕ ਹੋਗਾ ਵੀ YouTube ਤੇ ਪਊਗਾ ਵੀ ਇਹਨਾਂ ਨੂੰ ਤੋਂ ਵਧੀਆ ਗਾਣਾ ਸੀ ਤਾਂ ਹੀ ਬੰਦੇ ਨੇ ਲੀਕ ਕੀਤਾ ਚਲ ਪਾ ਦਉਨੇ ਆ ਨਾ ਫਿਰ ਪਾ ਚਾਲ ਲੈਂਦਾ ਯਾਰ ਕਰ ਦਿੰਨੇ ਆਂ ਦੀ ਵੀਡੀਓ ਜੀ ਦੀ ਪਰ ਆ ਵਿਆਹ ਗਾਣਾ ਪਹਿਲਾਂ ਲੀਕ ਹੋ ਗਿਆ ਸੀ ਭਾਜੀ ਇਹ ਕਿਸੇ ਨੇ ਪੁਰਾਣਾ ਵਰਜ਼ਨ ਦੂਜੇ ਮਾਈਕ ਤੇ ਗਾਇਆ ਸੀ ਉਹ ਲੀਕ ਹੋ ਗਿਆ ਸੀ ਫਿਰ ਮੈਂ ਕਿਹਾ ਕਰਨਾ ਤਾਂ ਇਹੀ ਹੈ ਗਰਾਰੀ ਆ ਫਿਰ ਸਾਰੇ ਕਹਿੰਦੇ ਲੀਕ ਹੋ ਗਿਆ ਦੁਬਾਰਾ ਨਹੀਂ ਕਰਨਾ ਮੈਂ ਕਿਹਾ ਯਾਰ ਜਦੋਂ ਮਿਊਜ਼ਿਕ ਚੇਂਜ ਹੋਊਗਾ ਸਾਰਾ ਕੁਝ ਚੇਂਜ ਹੋਊਗਾ ਕੋਈ ਚੱਕਰ ਨਹੀਂ ਫਿਰ ਇਹ ਚੇਂਜ ਕੀਤਾ ਭਾਈ ਸਾਰਾ ਫਿਰ ਸਾਰੇ ਵੀਡੀਓ ਟਾਈਮ ਸਾਰੇ ਕਹਿੰਦੇ ਯਾਰ ਚੰਡੀਗੜ੍ਹ ਕਰ ਲੈਨੇ ਆ ਇੱਥੇ ਕਰ ਲੈਨੇ ਆ ਫਿਰ ਖੈਰੇ ਨਹੀਂ ਵਧੀਆ ਸੋਚ ਆ ਅਸੀਂ ਹਰ ਸਾਲ ਜਾਂਦੇ ਹਾਂ ਭਾਜੀ ਮੇਰੀ ਵੀਡੀਓ ਦੇਖ ਕੇ ਕੁਝ ਨਵਾਂ ਕਰਨਾ ਕੁਝ ਲੱਗਦਾ ਹਾਂ ਨਹੀਂ ਵੀਡੀਓ ਬਹੁਤ ਪਿਆਰੀ ਬਣੀ ਹੈ ਵੇ ਭਾਜੀ ਪੌਂਡੀਚerry ਗਏ ਅੱਛਾ ਉਹ ਲੱਗ ਕੁਝ ਕੀਤਾ ਵਧੀਆ ਕੀਤਾ ਪੌਂਡੀਚerry ਕਰਕੇ ਆਏ ਭਾਜੀ ਸਾਊਥ ਚ ਆ ਕੇ ਵੀਡੀਓ ਕੀਤੀ ਇਹਦੀ ਸਪੀਡ ਰੈਕੋਰਡ ਨੇ ਸਹੀ ਗੱਲ ਅਰੇ ਮਨਿੰਦਰ ਭਾਈ ਜਿਵੇਂ ਕਈ ਵਾਰੀ ਐਦਾਂ ਹੁੰਦਾ ਜਿਵੇਂ ਸ਼ੈਰੀ ਭਾਈ ਵੀ ਜਾਂ ਆਪਾਂ ਹੋਰ ਸਿੰਗਰ ਲਈ ਪ੍ਰੀਥਰਪਾਲ ਹੋ ਗਿਆ ਜਾਂ ਹੋਰ ਕਈ ਸਿੰਗਰ ਐਦਾਂ ਹੈ ਕਿ ਇੱਕ ਵਰਡ ਚੱਕਦੇ ਆ ਜਿਹੜਾ ਯੂਥ ਦੇ ਵਿੱਚ ਬੜਾ ਚੱਲਦਾ ਹੋਵੇ ਹਾਂਜੀ ਹਾਂਜੀ ਜਿਵੇਂ ਅੱਤ ਹੋ ਗਿਆ ਹਨਾ ਮਤਲਬ ਇਹਦੇ ਕਈ ਵਰਡ ਹੈ ਹਨਾ ਜਿਵੇਂ ਸਿਰਾਈ ਕਰਵਾਤਾ ਜਾਂ ਗਾਟੀ ਗੂਟੀ ਹਨਾ ਇਹ ਹੈਗੇ ਦੇਸੀ ਵਰਡ ਤੇ ਕਿਤੇ ਮਨਿੰਦਰ ਦੇ ਦਿਮਾਗ 'ਚ ਵੀ ਕੋਈ ਕੋ ਮੈਂ ਕੋਈ ਨਾ ਜਿਹਾ ਵਰਡ ਬਣੇ ਹੋਏ ਨੇ ਭਾਜੀ ਗਾਣੇ ਇਹਨਾਂ ਤੇ ਇਹ ਵਰਡ ਐਜੇ ਜਿਹੜੇ ਵਰਡ ਯੂਨੀਕ ਹੁੰਦੇ ਨੇ ਹਾਂ ਇਹਤੇ ਗਾਣਾ ਬਣਾ ਲਿਆ ਅੱਛਾ ਬਣਾਏ ਹੋਏ ਤੁਸੀਂ ਐਦਾਂ ਬਣਾਏ ਹੋਏ ਭਾਜੀ ਤੇ ਵਧੀਆ ਹੁੰਦੇ ਭਾਜੀ ਕੈਚੀ ਹੁੰਦੇ ਆ ਜਿਹੜੀ ਜਿਹੜੇ ਆਪਣੇ ਯੂਥ ਚ ਚੱਲੇ ਜਾਂਦੇ ਹਨ ਹਾਂ 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 ਇਹੋ ਜਿਹੇ ਕੈਚੀ ਵਰਡ ਹੁੰਦੇ ਆ ਜਿਵੇਂ ਮੇਰੇ ਇੱਕ ਗਾਣਾ ਆਉਣਾ ਮੈਂ ਚਮਕੀਲਾ ਸਾਹਿਬ ਜੀ ਨੂੰ ਦੱਸਿਆ ਮੈਂ ਤੋਂੰਦਾ ਵਾਤਾ ਉਹ ਵੀ ਇਹੀ ਹੈ ਨਾ ਉਹ ਵੀ ਕਹਿੰਦੇ ਗੋਰਾ ਗੋਰਾ ਰੰਗ ਤੇਰਾ ਪੌਂਦਾ ਇੱਕ ਲਾਰੇ ਉਤੋਂ ਆਈ ਸ਼ੈਡੋ ਲੈ ਆਨੀ ਤੁਲਾ ਪਰਾਣੀ ਕੰਪੋਜ਼ ਗੋਰਾ-ਗੋਰਾ ਰਾਂਗਣਾ ਚਮਕੀਲਾ ਸਾਹਿਬ ਦੀ ਲਾਈਨ ਸੀ ਗੋਰਾ ਏਦਾਂ ਕਰਕੇ ਵੀ ਕੁਝ ਵੀ ਕੈਚੀ ਵਰਡ ਕੁਝ ਵੀ ਚੱਕ ਲੋ ਭਾਜੀ ਸਹੀ ਗੱਲ ਹੈ ਸਹੀ ਹੁਣ ਅੰਗਰੇਜ਼ੀ ਬੀਟ ਕੈਚੀ ਵਰਡਸ ਵੀ ਭਾਜੀ ਉਧਰ ਕਿਸੇ ਨੂੰ ਨਹੀਂ ਪਤਾ ਹੋਣਾ ਮੁੰਡਿਆਂ ਨੂੰ ਚੜਦੀ ਠਾਰੀ 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 ਉਹਦੀ ਹੀਟ ਦੇ ਉਹ 뮤직 ਤੇ ਲੋਰ ਕਰ ਰਿਹਾ ਬਸ ਹਾਂ ਸੌ ਗਏ ਲੋਕ ਅੰਗਰੇਜ਼ੀ ਬੀਟ ਤੇ ਨੱਚ ਰਹੇ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਹੈ ਇੱਕ ਅੰਗਰੇਜ਼ੀ ਵੀਟ ਉਹਨਾਂ ਨੂੰ ਵਰਡ ਪਤਾ ਹੋਣਾ ਅੰਗਰੇਜ਼ੀ ਬੀਟ ਅੰਗਰੇਜ਼ੀ ਬੀਟ ਇਹ ਵੀ ਗੱਲ ਹੈ ਤੇ ਮਨਿੰਦਰ ਜੀ ਮੈਂ ਦੇਖਾਂ ਤੁਹਾਡੀ ਇਹ ਜਿਹੜੀ ਇਹ ਉਮਰ ਹੈ ਔਰ ਜਿਹੜਾ ਇਹ profession ਦੀ ਤੁਹਾਡੇ स्टार्टिंग ਇਹ ਟਾਈਮ ਜਿਹੜਾ ਚੱਲ ਰਿਹਾ ਹੈ ਇਸ ਟਾਈਮ ਤੱਕ ਤੁਸੀਂ ਤੁਹਾਡਾ ਟੋਟਲੀ ਕਨਸੈਂਟਰੇਸ਼ਨ ਜਿਹੜੀ ਹੈ ਗਾਣਿਆਂ ਦੇ ਉੱਤੇ ਹੈ ਕਿ ਮੈਂ ਗਾਣੇ ਬਣਾਣੇ ਆ ਤੇ ਗਾਣੇ ਕਰਨੇ ਆ ਫਿਰ ਉਹਨਾਂ ਦੀ ਪ੍ਰੋਮੋਸ਼ਨ ਕਰਨੀ ਹੈ ਪਰ ਐਨੇ ਟਾਈਮ ਦੇ ਵਿੱਚ ਤੁਸੀਂ ਆਪਣੇ ਇੰਜੋਏਮੈਂਟ ਵੀ ਪੂਰੇ ਕਰਦੇ ਹੋ ਕਿ ਕੋਈ ਮੂਵੀ ਦੇਖਣ ਚਲੇਗੇ ਯਾਰਾਂ ਦੋਸਤਾਂ ਨਾਲ ਇੱਧਰ ਨੰਗੇ ਉੱਧਰ ਨੰਗੇ ਕਿ ਇਹ ਚੀਜ਼ ਤੋਂ ਗੁਰੇਜ਼ ਕਰਦੇ ਹੋ ਭਈ ਮੈਂ ਬਾਹਰ ਕਿਤੇ ਜਾ ਕੇ ਨਹੀਂ 라ਜੀ ਅੱਛਾ ਮੈਂ ਇਹ ਨਹੀਂ ਕਿ ਮੈਂ ਸਿੰਗਰ ਆ ਮੈਂ ਤਾਂ ਨਹੀਂ ਜਾਂਦਾ ਪੀੜ ਭੜਕਾ ਹਨਾ ਮੇਰੀ ਸ਼ੁਰੂ ਤੋਂ ਹੀ ਸੁਭਾਅ ਹੋ ਰਹੀ ਆ ਭਾਜੀ ਮੈਂ ਕਿਤੇ ਬਾਹਰ ਪੀੜ ਭੜਕੇ ਚ ਜਾ ਮੇਰੇ ਇਹ ਆਤ ਨਹੀਂ ਹੈਗੀ ਚਲੋ ਰੈਸਟੋਰੈਂਟ ਬੈਠ ਕੇ ਕਾਫੀ ਪੀਨੇ ਆ ਐਦਾਂ ਨਹੀਂ ਆਤਾਂ ਨਹੀਂ ਹੈਗੀਆਂ ਭਾਜੀ ਓਹੋ ਮੈਂ ਕਿਤੇ ਹੁਣ ਇਕੱਲਾ ਚੱਲ ਜਾ ਕਿਤੇ ਵੀ ਇਕੱਲਾ ਜਾ ਕੇ ਬੈਠ ਜਾ ਵਧੀਆ ਨੇਚਰ ਨੂੰ ਇੰਜੋਏ ਕਰਾਂ ਐਦਾਂ ਦਾ ਕੁਝ ਹੈਗਾ ਪਰ ਇਹ ਨਹੀਂ ਹੈਗਾ ਕਿ ਕਾਫੀ ਪੀਨੇ ਆ ਅੱਜ ਆਪਾਂ ਇੱਥੇ ਚੱਲਦੇ ਆ ਅੱਜ ਇੱਥੇ ਮੈਂ ਸਵੇਰ ਉੱਠਦਾ ਆਰਾਮ ਨਾਲ ਆਪਣੀ ਜਿਮ ਜਾਣਾ ਜਿਮ ਤੋਂ ਬਾਅਦ ਫ੍ਰੀ ਹੋ ਕੇ ਘਰੇ ਹੁੰਨਾ ਸੌ ਜਾਣਾ ਰੈਸਟ ਲੈਣਾ ਉੱਠਦਾ ਕੁਝ 뮤ਜ਼ਿਕਲੀ ਕ੍ਰੀਏਟਿਵ ਕਰਦਾ ਰਾਤ ਨੂੰ ਹਰ ਰਾਤ ਮੇਰੀ ਸਟੂਡੀਓ ਹੁੰਦੀ ਪਾਜੀ ਅੱਛਾ ਹਾਂਜੀ ਇਹ ਮਤਲਬ ਆਪਣੇ ਆਪਣੇ ਰਿਹਰਸਲ ਕਰਦੇ ਰਹਿੰਨੇ ਹਾਂ ਕਿਸੇ ਕਿਸੇ ਤਰੀਕੇ ਨਾਲ ਇਹ ਚੀਜ਼ ਦੀ ਹੈ ਪੁਰਾਣੀ ਚੀਜ਼ ਦੀ ਹੋਵੇ ਕੁਝ ਨਾ ਕੁਝ ਪੰਗੇ ਲੈਂਦੇ ਰਹਿੰਦਾ ਪਾਜੀ ਓਕੇ ਤੇ ਲੱਗ ਕਿ ਆਹੀ ਟਾਈਮ ਆ ਫ੍ਰੀ ਆ ਕੁਝ ਸੋਚੀ ਜਾਂਨੇ ਆ ਇਹ ਵੀ ਗੱਲ ਹੈ ਇਹ ਦਿਮਾਗ ਇਸ ਟਾਈਮ ਜ਼ਿਆਦਾ ਚੱਲਦਾ ਹੁੰਦਾ ਹਾਂ ਤੇ ਲਾਸਟ ਫਿਲਮ ਕਿਹੜੀ ਦੇਖੀ ਹੈ ਮਨਿੰਦਰ ਨੇ ਲਾਸਟ ਫਿਲਮ ਮੈਂ ਕਿਹੜੀ ਦੇਖੀ ਸੀ ਪਾਜੀ ਆ ਸੁਲਤਾਨ ਅੱਛਾ ਫਿਰ ਤਾਂ ਨੇੜੀ ਹੈ ਸੁਲਤਾਨ ਸੁਲਤਾਨ ਦੇਖੀ ਓਕੇ ਕਿੱਦਾਂ ਲੱਗੀ ਵਧੀਆ ਲੱਗੀ ਪਾਜੀ ਤੇ ਫੇਵਰਿਟ ਐਕ अच्छा अक्षय कुमार अरे वेरी गुड वेरी गुड ओ नमस्ते लंदन तो मैं उनका फैन हो गया जी भाई पूरा बादिया। बादिया का पूरा तेरा बहुत बढ़िया मूवी लगी थी यानी कि जे कदे मनेंद्र ਨੂੰ ਮੌਕਾ ਮਿਲੇ ਤਾਂ ਉਹਦਾ ਸੁਪਨਾ ਹੀ ਪੂਰਾ ਹੋਊਗਾ ਜੇ ਕਿ ਦੀ ਅਕਸ਼ੇ ਕੁਮਾਰ ਦੇ ਲਈ ਪਲੇ ਬੈਕ ਸਿੰਗਿੰਗ ਕਰਨੀ ਹੋਵੇ ਪੰਜਾਬੀ ਕਿਸੇ ਫਿਲਮ ਚ ਹੈ ਨਾ ਬਹੁਤ ਵਧੀਆ ਬਾਜੀ ਕਿਉਂਕਿ ਮੈਂ ਇਮੋਸ਼ਨਲ ਜਿਹੜੇ ਲੋਕ ਕਰਦੇ ਮੈਂ ਉਹਨਾਂ ਦਾ ਫੈਨ ਹੋਇਆ ਨਾ ਜਿਹੜੇ ਇਮੋਸ਼ਨ ਨਾਲ ਖੇਡਦੇ ਆ ਨਾ ਹਾਂ ਕਿਉਂਕਿ ਆਰਟਿਸਟ ਹੋਈ ਹੈ ਬਾਜੀ ਜਿਹੜੇ ਜਿਹੜਾ ਤੁਹਾਡੇ ਇਮੋਸ਼ਨਾਂ ਖੇਡਦੇ ਤੁਸੀਂ ਦੇਖ ਕੇ ਹੱਸ ਲੇ ਜਾਂ ਰੋ ਪਏ ਇਮੋਸ਼ਨਾਂ ਨਾਲ ਖੇਡਦੇ ਉਹ ਨਾ नमस्ते ਲੰਡਨ ਖਤਮ ਐਕਟਿੰਗ ਸੀ ਬਾਜੀ ਇੱਕ ਪੰਜਾਬੀ ਮੁੰਡਾ ਬਾਹਰ ਜਾ ਕੇ ਘਰ ਆਲੀ ਛੱਡ ਜਾਂਦੀ ਆ ਉਹ ਇਮੋਸ਼ਨਲੀ ਹੋਰ ਸੀ ਭਾਜੀ ਬਹੁਤ ਵਧੀਆ ਸੀ ਇਹ ਗੱਲ ਤੇ ਮਨਿੰਦਰ ਕਿਹੜੀ ਸਪੋਰਟਸ ਦਾ دیਵਾਨਾ ਹੈ ਕਿਹੜੀ ਗੇਮ ਸਭ ਤੋਂ ਜ਼ਿਆਦਾ ਪਤਾ ਹੈ ਮਨਿੰਦਰ ਨੂੰ ਇਹਦੇ ਰੂਲ ਵੀ ਪਤਾ ਹੈ ਮੈਂ ਸਪੋਰਟਸ ਭਾਈ ਸ਼ੁਰੂ ਤੋਂ ਨਹੀਂ ਰਿਹਾ ਜਿਵੇਂ ਮੈਂ ਜਿਮ ਵੀ ਭਾਈ ਮੈਂ ਜਮ ਹੀ ਆਣਾ ਮੈਂ ਹੁਣ ਹਨਾ ਚਲ ਫਿੱਟ ਫੁੱਟ ਹੈਗੇ ਆ ਮੈਨੂੰ ਕਈ ਵਾਰ ਕੋਈ ਪੁੱਛ ਲੈਂਦਾ ਕਿ ਕਿਹੜੀ ਐਕਸਰਸਾਈਜ਼ ਹੈ ਨਾ ਮੈਂ ਕਿ ਮੈਨੂੰ ਸੱਚੀ ਨਹੀਂ ਪਤਾ ਮੇਰਾ ਟ੍ਰੇਨਰ ਹੈਗਾ ਨਾਲ ਮੇਰੇ ਉਹ ਜਿਵੇਂ ਕਹਿੰਦਾ ਅੱਛਾ ਭਾਜੀ ਇਦਾਂ ਕਰਨਾ ਉਹ ਕੀ ਕਰ ਲੈ ਮੈਂ ਮੈਂ ਐਕਸਰਸਾਈਜ਼ ਦਾ ਨਾਮ ਹੀ ਨਹੀਂ ਹੋਜਦਾ ਭਾਜੀ ਅੱਛਾ ਕਿਉਂਕਿ ਮੇਰਾ ਕੰਮ ਨਹੀਂ ਹੈ ਕਿ ਮੈਂ ਤੈਨੂੰ ਲਾਈ ਜਾਣਾ ਮੈਨੂੰ ਕਹਿੰਦਾ ਆ ਕਰਨਾ ਆ ਕਰਨਾ ਅੱਛਾ ਹੁਣ ਆ ਖਾਣਾ ਅੱਛਾ ਆ ਖਾਣਾ ਅੱਛਾ ਵੀ ਮੈਨੂੰ ਨਹੀਂ ਸਪੋਰਟਸ ਚ ਕੁਝ ਹੈਗਾ ਭਾਜੀ ਇੰਨਾ ਜ਼ਿਆਦਾ ਅੱਛਾ ਨਹੀਂ ਐ ਹੁੰਦਾ ਕਿ ਕਿ ਵੀ ਬੰਦਾ ਜਾਂ ਜਦੋਂ ਜਿਵੇਂ ਤੁਸੀਂ ਪਹਿਲਾਂ ਦੀ ਜਿਹੜੀ ਤੁਹਾਡੀ ਉਮਰ ਬੀਤੀ ਆ ਉਦੋਂ ਕੋਈ ਗੇਮਾਂ ਖੇਡੀ ਹੁੰਦੀਆਂ ਜਿਵੇਂ ਕਬੱਡੀ ਬਾਲ ਖੇਡੀ ਹੁੰਦੀ ਆ ਕ੍ਰਿਕਟ ਗਰਾਊਂਡ ਵਾਲੀ ਖੇਡੀ ਹੁੰਦੀ ਆ ਸਪੋਰਟਸ ਪੀਰੀਅਡ ਚ ਵੀ ਭਾਜੀ ਮੈਂ 뮤직 ਵਾਲੇ ਚ ਵੜ ਜਾਂਦਾ ਜਾ ਕੇ ਮੈਂ ਨਹੀਂ ਸਪੋਰਟਸ ਨਹੀਂ ਖੇਡਿਆ ਕਰਦਾ ਅਰੇ ਵਾਹ ਯਾਨੀ ਕਿ ਸਪੋਰਟਸ ਵਾਲਾ ਟਾਈਮ ਵੀ 뮤직 ਨਹੀਂ ਹੁੰਦਾ ਤਾਂ 뮤직 ਨਹੀਂ ਹੁੰਦਾ ਭਾਜੀ ਉਦੋਂ ਵੀ ਸਪੋਰਟਸ ਮੈਂ ਨਹੀਂ ਸੀਗਾ ਹਾਂ ਉਦੋਂ ਵੀ 뮤זיਕ ਹੀ ਸੀਗਾ ਅਰੇ ਵੈਰੀ ਗੁੱਡ ਮਤਲਬ 뮤זיਕ ਦੀ ਇੰਨੀ دیਵਾਨਗੀ ਰਹੀ ਹੈ ਤੇ ਅੱਛਾ ਇਹ ਇੱਕ ਗੱਲ ਜਿਹੜੀ ਸੱਚੀ ਸੱਚੀ ਦੱਸਿਓ ਹਾਂਜੀ ਬੇਬੇ ਨੇ ਮਾਤਾ ਨੇ ਜਾਂ ਬਾਪੂ ਨੇ ਤੁਹਾਨੂੰ ਕਿਹੜੀ ਅਹ ਜੀ ਛਿੜਕ ਦਿੱਤੀ ਹੋਈ ਹੈ ਇਹ ਤੁਹਾਡੇ ਐ ਕਹ ਲੋ ਕਿ ਜਦੋਂ ਹਜੇ ਤੁਸੀਂ ਨਹੀਂ ਸਕਸੈਸ ਹੋਏ ਸੀਗੇ ਪਹਿਲਾ ਗਾਣਾ ਸਕੂਲਿੰਗ ਸਕੂਲਿੰਗ ਦੇ ਟਾਈਮ ਜੇ ਕਿਹੜੀ ਐਸੀ ਚੜ੍ਹ ਗਈ ਦਿੱਤੀ ਹੋਈ ਜਿਹੜੀ ਮਨਿੰਦਰ ਹੋਏ ਤੱਕ ਯਾਦ ਕਰਦੇ ਦੋ ਮੇਰੇ ਐ ਕਹਿੰਦੇ ਸੀ ਤੂੰ ਆਹ ਕਰ ਲੈ ਮੰਮੀ ਟੀਚਰ ਸੀਗੇ ਜੀ ਹੁਣ ਮੰਮੀ ਨੇ ਸਕੂਲ ਜਾ ਕੇ ਕੁੜੀਆਂ ਮੁੰਡਿਆਂ ਸਾਹਮਣੇ ਕਹਿ ਦੇਣਾ ਇਹਦੇ ਜੋ ਮਰਜ਼ੀ ਲਾਓ ਥੱਪੜ ਕੋਈ ਚੱਕਰ ਨਹੀਂ ਸਾਨੂੰ ਮੈਂ ਕੋਟੀਚਰ ਐ ਮੈਮ ਅੱਛਾ ਕੋਈ ਚੱਕਰ ਨਹੀਂ ਤੁਸੀਂ ਇਹਨੂੰ ਚੰਡਾ ਕਰੋ ਜੋ ਮਰਜ਼ੀ ਵਧਾ ਕੇ ਰੱਖੋ ਇਹਨੂੰ ਤੇ ਉਹ ਸੀਗਾ ਵੀ ਕਰਦੇ ਸਿੱਧਾ ਹੀ ਕਹਿੰਦੇ ਦਬਦੇ ਨਹੀਂ ਸੀ ਅਰੇ ਵਾਹ ਚਲੋ ਮਨਿੰਦਰ ਭਾਈ ਹੁਣ ਤੁਹਾਡਾ ਵਿਆਹ Song ਆਇਆ ਹਰੇਕ ਆਰਟਿਸਟ ਨੂੰ ਇਹੀ ਹੁੰਦਾ ਕਿ ਵੀ ਨਵਾਂ ਜਿਹੜਾ ਉਹਦਾ ਗਾਣਾ ਆਵੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਕਿਉਂਕਿ ਜਿਹੜੇ ਤੁਹਾਡੇ 3 ਸੌਂਗਸ ਆਏ ਆ ਤੁਹਾਡੀ ਅੱਗੇ ਜਿੰਨੇ ਵੀ ਗਾਣੇ ਆਉਣੇ ਆ ਹਰੇਕ ਗਾਣੇ ਦੇ ਵਿੱਚ ਵਜਨ ਹੋਣਾ ਬੜਾ ਜ਼ਰੂਰੀ ਹੈ ਨਾ ਤੇ ਵੈਸੇ ਜਿਹੜੀਆਂ ਗੱਲਾਂ ਤੁਸੀਂ ਦਸੀਆਂ ਨੇ ਕਿਉਂਕਿ ਤੁਸੀਂ ਸੋਚਦੇ ਹੋ ਸਮਝਦੇ ਹੋ ਤੇ ਗੱਲਾਂ ਹੀ 뮤ਜ਼ਿਕ ਦੀਆਂ ਕਰਦੇ ਹੋ ਤਾਂ 뮤ਜ਼ਿਕ ਤਾਂ ਫਿਰ ਵਾਕਈ ਜੇ ਤੁਹਾਡੇ ਬਲੱਡ ਚ ਰਚਣਾ ਚਾਹੀਦਾ ਔਰ ਅੱਗੇ ਤੁਹਾਡੇ ਅਲਫਾਜ਼ ਜਿਹੜੇ ਮੂੰਹ ਚੋਂ ਨਿਕਲਣ ਉਹ ਲੋਕਾਂ ਦੇ ਦਿਲ ਚ